ਮੂ ਨਹੀਂ ਵੇਚਣਾ ਨਹੀਂ ਖਰੀਦਣਾ ਇਹ ਪਾਪ ਐ ਬੰਦ ਕਰੋ ਐਵੇਂ ਨਹੀਂ ਕੀਤਾ ਆਪਾਂ ਜਾਣਦੇ ਆ ਨਾ ਸਿੱਧਾ ਉਪਦੇਸ਼ ਨਹੀਂ ਦਿੱਤਾ ਮਹਾਰਾਜ ਨੇ ਜਾ ਕੇ ਪਹਿਲਾਂ ਆਪ ਐਸੀ ਵਿਧ ਬਣਾਈ ਕਿ ਧੰਨ ਗੁਰੂ ਨਾਨਕ ਦੇਵ ਜੀ ਨੂੰ ਗੁਲਾਮ ਦੇ ਰੂਪ ਚ ਬੰਨ ਲਿਆ ਗਿਆ ਤੇ ਮੰਡੀ ਵਿੱਚ ਲਿਜਾ ਕੇ ਵੇਚਿਆ ਗਿਆ ਸਤਗੁਰਾਂ ਨੇ ਉਦੋਂ ਵੀ ਉਪਦੇਸ਼ ਨਹੀਂ ਦਿੱਤਾ ਨਾ ਕੋਈ ਕਰਾਮਾਤ ਵਿਖਾਈ ਜਿੰਨੇ ਖਰੀਦੇ ਆ ਉਹਦੇ ਘਰ ਗਏ ਉਹਨਾਂ ਨੇ ਘੜਾ ਦੇ ਕੇ ਕਿਹਾ ਕਿ ਆਹ ਗੁਲਾਮ ਨਵਾਂ ਲਿਆਂਦਾ ਹੈ ਇਹਨੂੰ ਪਾਣੀ ਢੋਣ ਤੇ ਲਾ ਦਈਏ ਉਹ ਕੀ ਜਾਣਣ ਜਿਹਨੂੰ ਗੁਲਾਮ ਕਹਿੰਦੇ ਹੋ ਸਾਰੇ ਜਗਤ ਦਾ ਮਾਲਕ ਹੈ ਘੜਾ ਦੇ ਕੇ ਕਹਿੰਦੇ ਨੇ ਜਾਓ ਪਾਣੀ ਭਰ ਲਿਆਓ ਮੇਰੇ ਪਾਤਸ਼ਾਹ ਜੀ ਘੜਾ ਲੈ ਕੇ ਗਏ ਖੂਹ ਤੇ ਤੇ ਖੂਹ ਵਿੱਚ ਪਾਣੀ ਕੋਈ ਨਾ ਖੂਹ ਸੁੱਕਾ ਉਹਨਾਂ ਨੇ ਦੂਜੇ ਖੂਹ ਵੱਲ ਭੇਜਿਆ ਤੇ ਦੂਜਾ ਖੂਹ ਵੀ ਸੁੱਕਾ ਸਾਰੇ ਇਲਾਕੇ ਦੇ ਖੂਹ ਸੁੱਕ ਗਏ ਪਾਣੀ ਸੁੱਕ ਗਿਆ ਲੱਗੇ ਤੜਫਣ ਹੁਣ ਉਹਨਾਂ ਨੂੰ ਚੇਤਾ ਆਇਆ ਕਹਿਣ ਲੱਗੇ ਕੋ ਵਲੀ ਅੱਲਾ ਹੈ ਰੱਬ ਦਾ ਕੋ ਪਿਆਰਾ ਹੈ ਅਸਾਂ ਅਵਗਿਆ ਕਰ ਲਈ ਸਾਨੂੰ ਸਜ਼ਾ ਮਿਲਦੀ ਪਈ ਹੈ ਮਹਾਰਾਜ ਦੇ ਚਰਨਾਂ ਕਮਲਾਂ ਤੇ ਆਣ ਕੇ ਝੁਕੇ ਤੇ ਮਾਫੀ ਮੰਗ ਕੇ ਕਹਿੰਦੇ ਨੇ ਅਸੀਂ ਤੈਨੂੰ ਆਜ਼ਾਦ ਕੀਤਾ ਤੂੰ ਸਾਨੂੰ ਮਾਫ ਕਰ ਦੇ ਸਾਡਾ ਇਹ ਅਜਾਬ ਆ ਨਿੱਕੇ ਨਿੱਕੇ ਸਾਡੇ ਨਿਆਣੇ ਨੇ ਕਿਵੇਂ ਅਸੀਂ ਜੀਵਾਂਗੇ ਪਾਣੀ ਤੋਂ ਬਗੈਰ ਕਿਵੇਂ ਗੁਜ਼ਾਰਾ ਤੇ ਮੇਰੇ ਹਜ਼ੂਰ ਕਹਿੰਦੇ ਨੇ ਆ ਜਿਨ੍ਹਾਂ ਨੂੰ ਰਤ ਨੇਤੀ ਖਰੀਦਦੇ ਤੇ ਵੇਚਦੇ ਹੋ ਇਹ ਕਿਸੇ ਦੇ ਨਿੱਕੇ ਨਿੱਕੇ ਨਿਆਣੇ ਨਹੀਂ ਫੇਰ ਉਪਦੇਸ਼ ਦਿੱਤਾ ਲੋਹਾ ਸਾਹਮਣੇ ਰੱਖੋ ਤੇ ਥੋੜੇ ਨਾਲ ਮਾਰਨ ਲੱਗ ਪਾਓ ਕੁਛ ਨਹੀਂ ਬੰਨਾ ਧੰਨ ਗੁਰੂ ਨਾਨਕ ਦੇਵ ਜੀ ਦਾ ਤਰੀਕਾ ਇਹ ਹੈ ਕਿ ਪਹਿਲਾਂ ਲੋਹੇ ਨੂੰ ਗਰਮ ਕੀਤਾ ਜਾਵੇ ਜਦੋਂ ਲੋਹਾ ਗਰਮ ਹੋ ਜਾਏਗਾ ਨਾ ਜੀ ਫੇਰ ਸੱਟ ਮਾਰੀ ਜਾਵੇ ਸਿੱਧਾ ਉਪਦੇਸ਼ ਦੇਾਂਗੇ ਕਿਸੇ ਨੂੰ ਵੀ ਅਗਲਾ ਆਪਣੀ ਗਲਤੀ ਮੰਨਣ ਦੀ ਬਜਾਏ ਹਉਮੈ ਕਰਕੇ ਉਹਦੇ ਤੇ ਅੜ ਜਾਂਦਾ ਹੈ ਆਪਣੇ ਬੱਚਿਆਂ ਨੂੰ ਉਪਦੇਸ਼ ਦੇ ਕੇ ਵੇਖ ਲਈਏ ਆਪਾਂ ਸਿਆਣੇ ਬੈਠੇ ਹੋ ਨਿੱਕੇ ਜਿਹੇ ਨਿਆਣੇ ਨੂੰ ਸਿੱਧਾ ਛਿੜਕ ਕੇ ਕਹਿ ਦਈਏ ਨਾ ਵੀ ਆਹ ਗੱਲ ਗਲਤ ਹੈ ਉਹ ਨਿੱਕਾ ਜਿਹਾ ਨਿਆਣਾ ਵੀ ਅੜ ਜਾਂਦਾ ਹੈ ਆਪਣੀ ਗਲਤੀ ਤੇ ਉਹਦੀ ਵੀ ਹਉਮੈ ਅੰਦਰੋਂ ਜਿਹੜੀ ਆ ਨਾ ਉਹ ਕਹਿੰਦੇ ਵੀ ਝੁਕਣਾ ਨਹੀਂ ਪਹਿਲਾਂ ਸਤਿਗੁਰੂ ਜੀ ਲੋਏ ਨੂੰ ਗਰਮ ਕਰਦੇ ਨੇ ਫੇਰ ਸੱਟ ਪੈਂਦੀ ਹੈ ਤੇ ਜਦੋਂ ਸੱਟ ਪੈਂਦੀ ਆ ਨਾ ਫਿਰ ਲੋਹਾ ਅੱਗੇ ਅੜਦਾ ਨਹੀਂ ਜਿਵੇਂ ਜਿਵੇਂ ਉਪਦੇਸ਼ ਦਾ ਥੋੜਾ ਚੱਲਦਾ ਹੈ ਨਾ ਤਵੇਂ-ਤਵੇਂ ਫਿਰ ਉਹ ਟੱਲਦਾ ਜਾਂਦਾ ਮੁੜਦਾ ਜਾਂਦਾ ਹੈ ਐਵੇਂ ਹੁਣ ਕਿਉਂਕਿ ਸਾਨੂੰ ਪੂਰੀ ਸਾਖੀ ਪਤਾ ਨਹੀਂ ਕਿਸੇ ਲਿਖਤ 'ਚ ਆਈ ਨਹੀਂ ਤੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਜੀ ਰੋਮ ਵਿੱਚ ਗਏ ਹੁਣ ਸਾਨੂੰ ਨਹੀਂ ਪਤਾ ਪਰ ਮਨ ਕਹਿੰਦਾ ਵੀ ਕੋਈ ਤਗੜਾ ਹੀ ਕੌਤਕ ਕੀਤਾ ਹੋਣਾ ਜਾ ਕੇ ਜਿਹੜਾ ਪੋਪ ਨੇ ਆਪਣੇ ਕੋਲ ਬੁਲਾ ਲਿਆ ਹੋਏਗਾ ਜਿਵੇਂ ਹਰਦਵਾਰ ਕੀਤਾ ਸੀ ਨਾ ਕੌਤਕ ਜਿਵੇਂ ਰੋਹਿਲਖੰਡ ਕੀਤਾ ਜਿਵੇਂ ਬਾਕੀ ਥਾਵਾਂ ਤੇ ਕੀਤੇ ਉੱਥੇ ਵੀ ਤਗੜਾ ਕੌਤਕ ਕੋਈ ਕੀਤਾ ਤੇ ਸਿੱਧਾ ਹੀ ਰੋਮ ਦਾ ਜਿਹੜਾ ਉੱਥੋਂ ਦਾ ਸਭ ਤੋਂ ਵੱਡੀ ਅਥਾਰਟੀ ਹੈ ਪੋਪ ਫਿਰ ਉਹਨੂੰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਵਾਹ ਹੋਏ ਇਹ ਗੱਲ ਦਰਜ ਹੈ ਜੀ ਇਹ ਗੱਲ ਉੱਥੇ ਸਟੇਟਮੈਂਟ ਦਰਜ ਹੈ ਇੱਕ ਲਾਈਨ ਦੇ ਵਿੱਚ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਾਬਤ ਕਿ ਉਹਨਾਂ ਨੇ ਗੁਲਾਮੀ ਦੀ ਪਰਥਾ ਦੇ ਉੱਤੇ ਪੋਪ ਨੂੰ ਉਪਦੇਸ਼ ਦਿੱਤਾ ਉਥੇ ਗੁਲਾਮੀ ਦੀ ਪਰਥਾ ਤੇ ਤੇ ਉਹ ਉਪਦੇਸ਼ ਇਹੀ ਹੈ ਕਿ ਲੋਕਾਂ ਨੂੰ ਮੁਕਤੀ ਦਾ ਰਾਹ ਦੱਸਣ ਵਾਲਿਆ ਅੱਜ ਵੀ ਇਸਾਈਆਂ ਨੂੰ ਸੁਣੋ ਨਾ ਕੀ ਕਹਿਣਗੇ ਛੁਟਕਾਰੇ ਦੀ ਸਭਾ ਮੁਕਤੀ ਦਾ ਰਾਹ ਹਰ ਗੱਲ ਇਦਾਂ ਹੀ ਕਰਨਗੇ ਛੁਟਕਾਰਾ ਮੁਕਤੀ ਫਲਾਣਾ ਫਲਾਣਾ ਤੇ ਮਹਾਰਾਜ ਜੀ ਕਹਿੰਦੇ ਲੋਕਾਂ ਨੂੰ ਮੁਕਤੀ ਦੱਸਣ ਵਾਲਿਆ ਆ ਜਿਨ੍ਹਾਂ ਨੂੰ ਖਰੀਦਦੇ ਤੇ ਵੇਚਦੇ ਪਏ ਜੇ ਇਹਨਾਂ ਦੀ ਮੁਕਤੀ ਤੇ ਇਹਨਾਂ ਦੇ ਛੁਟਕਾਰੇ ਨਾਲ ਤੁਹਾਡਾ ਕੋਈ ਲੈਣ ਦੇਣ ਨਹੀਂ ਤੁਸੀਂ ਕਿੰਨਾ ਦਾ ਛੁਟਕਾਰਾ ਕਰਵਾਉਂਦੇ ਫਿਰਦੇ ਹੋ ਆ ਜਿਨ੍ਹਾਂ ਨੂੰ ਮੁੱਲ ਖਰੀਦਦੇ ਹੋ ਮੁੱਲ ਵੇਚਦੇ ਹੋ ਤਾਂ ਸਾਧ ਸੰਗਤ ਜੀ ਉੱਥੇ ਰੋਮ ਦੇ ਵਿੱਚ ਉਹਨਾਂ ਦੇ ਗੜ੍ਹ ਦੇ ਵਿੱਚ ਬਹਿ ਕੇ ਕਹਿਣਾ ਕਿ ਇਹ ਤੁਸੀਂ ਪਾਪ ਕਰਦੇ ਪਏ ਜੇ ਅਗਲੇ ਜਹਾਨ ਦੀ ਮੁਕਤੀ ਦੀਆਂ ਗੱਲਾਂ ਜਮ ਜਮ ਕੇ ਕਰੋ ਪਰ ਇੱਥੇ ਲੋਕਾਂ ਨੂੰ ਗੁਲਾਮ ਬਣਾ ਕੇ ਵੇਚਣ ਵਾਲਿਓ ਪਹਿਲਾਂ ਇੱਥੋਂ ਦੀ ਆਜ਼ਾਦੀ ਤਾਂ ਦੇ ਦਿਓ ਅਗਲੀ ਬਾਦ ਵਿੱਚ ਵੇਖ ਲਿਓ ਇਹ ਉਤੇ ਉਪਦੇਸ਼ ਦਿੱਤਾ ਮਹਾਰਾਜ ਨੇ ਫਿਰ ਸਾਧ ਸੰਗਤ ਜੀ ਕਾਇਰੋ ਜੋ ਮਿਸਰ ਦੀ ਰਾਜਧਾਨੀ ਹੈ ਉੱਥੇ ਕਿਉਂਕਿ ਜ਼ੋਰ ਤੋਂ ਬਿਨਾ ਖਾਲਸਾ ਜੀ ਕੁਝ ਨਹੀਂ ਹੁੰਦਾ ਡੰਡੇ ਦਾ ਹੀ ਜ਼ੋਰ ਹੋਵੇ ਤੇ ਸਾਰੇ ਮਿੱਤਰ ਹੁੰਦੇ ਨੇ ਅੱਜ ਵੀ ਜਾਓ ਨਾ ਉੱਥੇ ਤਾਂ ਅੱਜ ਵੀ ਗਾਈਡ ਦੱਸ ਦਵੇਗਾ ਜੇ ਆਪਾਂ ਪੁੱਛਾਂਗੇ ਯਤਨ ਕਰਾਂਗੇ ਨਾ ਅੱਜ ਵੀ ਉਹ ਦੱਸ ਦਿੰਦੇ ਨੇ ਕਿ ਜਿਹੜਾ ਕਾਇਰਾ ਦਾ ਕਿਲਾ ਹੈ ਨਾ ਉਹਦੇ ਬਾਹਰ-ਵਾਰ ਇਮਾਰਤ ਹੈ ਬੜੀ ਉੱਚੀ ਬਣੀ ਤੇ ਉਹਦੇ ਉੱਤੇ ਇੱਕ ਥੜਾ ਬਣਿਆ ਹੋਇਆ ਤੇ ਉਹ ਦੱਸ ਦਿੰਦੇ ਨੇ ਅੱਜ ਵੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਬੈਠਣ ਦਾ ਸਥਾਨ ਹੈ ਉਹ ਐ ਥੜਾ ਆ ਪਰ ਸਾਡੇ ਵਿੱਚ ਇੰਨੀ ਸ਼ਕਤੀ ਇੰਨੀ ਤਾਕਤ ਅੱਜ ਨਹੀਂ ਕਿ ਅਸੀਂ ਉੱਥੇ ਜਾ ਕੇ ਕੋਈ ਯੁਗਤ ਕੋਈ ਢੰਗ ਕੋਈ ਤਰੀਕਾ ਬਣਾ ਕੇ ਉੱਥੇ ਯਾਦਗਾਰ ਕਾਇਮ ਕਰ ਲਈਏ ਮਹਾਰਾਜ ਕਿਰਪਾ ਕਰਨ ਕੋਈ ਵਿਧ ਵਰਤੌਣ ਤੇ ਕੋਈ ਆਪ ਹੀ ਮਹਾਰਾਜ ਜੀ ਕਿਰਪਾ ਕਰ ਦੇਣ ਤਾਂ ਹੋ ਜਾਏ ਮਹਾਰਾਜ ਜੀ ਦੀ ਯਾਦਗਾਰ ਉੱਤੇ ਕਾਇਰੋ ਦੇ ਵਿੱਚ ਵੀ ਹੈ ਮਿਸਰ ਦੇ ਵਿੱਚ ਤਾਂ ਵੇਖੋ ਅੰਦਾਜ਼ਾ ਲਾਓ ਕਿ ਯੂਰਪ ਦੇ ਵਿੱਚ ਰੂਮ ਦੇ ਵਿੱਚ ਗਰੀਸ ਦੇ ਵਿੱਚ ਇਸਤੰਬੋਲ ਦੇ ਵਿੱਚ ਰਸ਼ੀਆ ਕਜ਼ਾਕਿਸਤਾਨ ਤਜਾਕਿਸਤਾਨ ਤੇ ਜਿਹੜਾ ਚੀਨ ਦਾ ਜਿਹੜਾ ਉੱਤਰੀ ਪੱਛਮੀ ਹਿੱਸਾ ਹੈ ਤੇ ਨਾਲ ਤਿੱਬਤ ਤੇ ਸਾਧ ਸੰਗਤ ਜੀ ਜਦੋਂ بار بار ਇਤਿਹਾਸ ਵਿੱਚ ਟਾਪੂਆਂ ਦਾ ਜ਼ਿਕਰ ਆਉਂਦਾ ਹੈ ਨਾ ਤੇ ਉਹਦਾ ਇਸ਼ਾਰਾ ਸਿੱਧਾ-ਸਿੱਧਾ ਮਲੇਸ਼ੀਆ, ਇੰਡੋਨੇਸ਼ੀਆ, ਸਿੰਗਾਪੁਰ ਇਹਨਾਂ ਟਾਪੂਆਂ ਦਾ ਲਈ ਹੈ। ਤੋ ਬਾਰ-ਬਾਰ ਪੜਦੇ ਆ ਨਾ ਇਤਿਹਾਸ ਵਿੱਚੋਂ ਤੇ ਉਹ ਇਹਨਾਂ ਟਾਪੂਆਂ ਵਿੱਚ ਹੀ ਹੈ। ਤੇ ਕੁਰਬਾਨ ਜਾਈਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਜੇ ਚੜ੍ਹਦੇ ਵੱਲੋਂ ਸ਼ੁਰੂ ਕਰੀਏ ਇੰਡੋਨੇਸ਼ੀਆ ਤੋਂ ਲੈ ਕੇ ਤੇ ਸਾਧ ਸੰਗਤ ਜੀ ਮਿਸਰ ਤੇ ਇਟਲੀ ਤੱਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਏ ਹੋਏ ਨੇ ਤੇ ਜਿੱਥੇ-ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨ ਪਾਏ ਮੇਰੇ ਸਤਿਗੁਰਾਂ ਦਾ ਇੰਨਾ ਕੁ ਹਰ ਜਗ੍ਹਾ ਤੇ ਆਦਰ ਹੋਇਆ ਮਾਣ ਹੋਇਆ ਜਿੱਥੇ ਮੇਰੇ ਪਾਤਸ਼ਾਹ ਗਏ ਨਾ ਜਦੋਂ ਤਾਂ ਗਏ ਉਦੋਂ ਤਾਂ ਉਹ ਪੱਥਰ ਲੈ ਲੈ ਕੇ ਉਮੜ-ਉਮੜ ਕੇ ਪੈਂਦੇ ਰਹਿ ਤੇ ਜਦੋਂ ਮੇਰੇ ਪਾਤਸ਼ਾਹ ਜੀ ਨੇ ਫਿਰ ਕਲਾ ਵਰਤਾਈ ਹੈ ਨਾ ਤੇਵਰੋ ਚਰਨੀ ਡਗੇ ਨੇ ਫੇ ਹਰ ਜਗ੍ਹਾ ਦੀ ਸਾਖੀ ਇਹ ਸਾਨੂੰ ਦੱਸਦੀ ਐ ਕਿ ਮਹਾਰਾਜ ਜੀ ਦੇ ਚਰਨ ਫੜ ਕੇ ਕਹਿੰਦੇ ਸਨ ਬਾਬਾ ਜੀ ਇੱਥੇ ਹੀ ਰਹੁ ਕਿਤੇ ਨਾ ਜਾਓ ਇੱਥੇ ਰਹੁ ਸਾਡੇ ਕੋਲ ਹੀ ਅਸੀਂ ਜਾਨ ਨਹੀਂ ਦੇਣਾ ਫਿਰ ਮੇਰੇ ਹਜ਼ੂਰ ਕਹਿੰਦੇ ਨੇ ਤੇਰੇ ਵਰਗੇ ਹੋਰ ਵੀ ਬੜੇ ਉਡੀਕਦੇ ਪਏ ਨੇ ਜੇ ਤੂੰ ਇੱਥੇ ਸਾਨੂੰ ਰੱਖ ਲਏਂਗਾ ਤੇ ਜਿਹੜੇ ਅੱਗੇ ਉਡੀਕਦੇ ਪਏ ਨੇ ਤਰਲੇ ਲੈਂਦੇ ਪਏ ਨੇ ਉਹਨਾਂ ਦਾ ਕੀ ਹੋਵੇ ਇਸੇ ਤਰ੍ਹਾਂ ਹੀ ਸ਼੍ਰੀਲੰਕਾ ਦੇ ਵਿੱਚ ਵੀ ਹੋਇਆ ਸੀ ਨਾ ਰਾਜਾ ਸ਼ਿਵਨਾਬ ਨਹੀਂ ਸੀ ਜਾਣ ਦਿੰਦਾ। ਤੋਂ ਅੱਜ ਦੀ ਤਰੀਕ ਦੇ ਵਿੱਚ ਥੋੜਾ ਜਿਹਾ ਉਹਨਾਂ ਚਾਤੀ ਮਾਰੋ। ਬਹੁਤ ਸਾਰੇ ਮੁਸਲਮਾਨ ਉਹ ਕਹਿੰਦੇ ਨੇ ਗੁਰੂ ਨਾਨਕ ਤਾਂ ਜੀ ਮੁਸਲਮਾਨ ਨੇ। ਤੁਸੀਂ ਵੇਖੋ بڑے ਦਾਵੇ ਮੁਸਲਮਾਨ ਉਹ ਕਹਿੰਦੇ ਗੁਰੂ ਨਾਨਕ ਤਾਂ ਹੈ ਨਹੀਂ ਮੁਸਲਮਾਨ। ਆ ਪਿੱਛੇ ਜਾਏ ਪਾਕਿਸਤਾਨ ਦਾ ਬਹੁਤ ਵੱਡਾ ਮੌਲਵੀ ਐ। ਬਹੁਤ ਵੱਡਾ ਸਿਖਰ ਦਾ। ਮੇਰਾ ਖਿਆਲ ਜੀ ਮੈਂ ਕਹਿ ਦਿਆਂ ਪਾਕਿਸਤਾਨ ਦਾ ਸਭ ਤੋਂ ਮਸ਼ਹੂਰ ਸਭ ਤੋਂ ਫੇਮਸ ਤੇ ਉਹਦਾ ਨਾਮ ਹੈ মাওলানা ਤਾਰਿਕ ਜਮੀਲ ਉਹ ਆਇਆ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਸਾਹਿਬ ਆ ਕੇ ਨਾ ਤੇ ਜਦੋਂ ਉਹਨੂੰ ਪੁੱਛਿਆ ਨਾ ਵੀ ਉਹਨਾਂ ਨੇ ਪੁੱਛਣਾ ਹੀ ਸੀ ਨਾ ਤੁਸੀਂ ਕੱਟੜਵਾਦੀ ਵੀ ਤੇ ਹੁੰਦੇ ਨੇ ਨਾ ਉਹਦੇ ਤੂੰ ਕਰਤਾਰਪੁਰ ਕਿਉਂ ਗਿਆ ਉਹਨੇ ਕਿਹਾ ਗੁਰੂ ਨਾਨਕ ਤੇ ਸੀ ਮੁਸਲਮਾਨ ਕਈ ਵਾਰਾਂ ਸਾਨੂੰ ਗੁੱਸਾ ਆਉਂਦਾ ਹੋਵੇ ਕੌਣ ਗੁਰੂ ਨਾਨਕ ਨੂੰ ਮੁਸਲਮਾਨ ਕਹਿਣ ਵਾਲਾ ਪਰ ਦੂਜੇ ਪਾਸੇ ਝਾਤੀ ਮਾਰੋ ਤੇ ਹਿੰਦੂਆਂ ਦੇ ਵਿੱਚੋਂ ਵੀ ਜ਼ਿਆਦਾਤਰ ਉਹ ਕਹਿੰਦੇ ਜੀ ਗੁਰੂ ਨਾਨਕ ਤੇ ਹੈ ਨਹੀਂ ਹਿੰਦੂ ਉਹ ਹੀ ਸਾਨੂੰ ਕਈ ਵਾਰ ਗੁੱਸਾ ਆਉਂਦਾ ਵੀ ਇਹ ਕੌਣ ਹੋਣ ਗੁਰੂ ਨਾਨਕ ਨੂੰ ਹਿੰਦੂ ਕਹਿਣ ਵਾਲੇ ਪਰ ਇਹ ਗੁੱਸਾ ਕਰਨ ਵਾਲੀ ਗੱਲ ਤਾਂ ਹੈ ਹੀ ਨਹੀਂ ਇਹ ਤੇ ਮਾਣ ਕਰਨ ਵਾਲੀ ਗੱਲ ਹੈ ਗੁੱਸਾ ਕਰਨ ਵਾਲੀ ਗੱਲ ਨਹੀਂ ਹੈ ਮਾਣ ਕਰਨ ਵਾਲੀ ਗੱਲ ਹੈ ਕੋਈ ਇੱਕ ਪੈਗੰਬਰ ਕੋਈ ਇੱਕ ਮਹਾਂਪੁਰਖ ਦੱਸ ਦਿਓ ਜੀਦੇ ਤੇ ਦੋ ਧਰਮਾਂ ਦੇ ਲੋਕ ਕਹਿੰਦੇ ਉਹਨੇ ਬਾਬਾ ਸਾਡਾ ਹੈ ਬਾਬਾ ਸਾਡਾ ਕੋਈ ਨਹੀਂ ਹੋਵੇਗਾ ਕਿਉਂਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਪਾਰ ਬ੍ਰਹਮ ਪਰਮੇਸ਼ਰ ਰੂਪ ਜਿਹੜਾ ਵੀ ਦਰਸ਼ਨ ਕਰਦਾ ਉਹਨੂੰ ਇੰਨੇ ਪਿਆਰੇ ਲੱਗਦੇ ਨੇ ਇੰਨੇ ਪਿਆਰੇ ਲੱਗਦੇ ਨੇ ਮੁਸਲਮਾਨ ਵੇਂਦਾ ਉਹ ਕਹਿੰਦਾ ਵੀ ਗੁਰੂ ਨਾਨਕ ਮੁਸਲਮਾਨ ਹੀ ਹੋਣੇ ਚਾਹੀਦੇ ਨੇ ਕਿਉਂਕਿ ਜੇ ਮੈਂ ਕਹਾਂ ਗੁਰੂ ਨਾਨਕ ਮੇਰਾ ਤੇ ਮੈਨੂੰ ਦਾਵਾ ਬੰਨਣ ਵਾਸਤੇ ਫਿਰ ਕਹਿਣਾ ਹੀ ਪੈਣਾ ਵੀ ਗੁਰੂ ਨਾਨਕ ਮੁਸਲਮਾਨ ਜੇ ਹਿੰਦੂ ਨੇ ਦਾਵਾ ਬੰਨਣਾ ਹੈ ਗੁਰੂ ਨਾਨਕ ਮੇਰਾ ਉਹਨੂੰ ਦਾਵਾ ਬੰਨਣਾ ਪੈਣਾ ਹੈ ਵੀ ਗੁਰੂ ਨਾਨਕ ਹਿੰਦੂ ਨੇ ਤੇ ਗੁਰੂ ਕਹਿਆ ਸਿੱਖਾ ਤੂੰ ਗੁੱਸਾ ਨਾ ਕਰ ਤੂੰ ਮਾਣ ਕਰ ਕਿ ਜਿਹੜੇ ਗੁਰੂ ਦਾ ਤੂੰ ਲੜ ਫੜਿਆ ਹੈ ਨਾ ਉਹ ਏਡਾ ਵੱਡਾ ਹੈ ਕਿ ਦੁਨੀਆਂ ਦਾ ਹਰ ਧਰਮ ਚਾਹੁੰਦਾ ਹੈ ਵੀ ਗੁਰੂ ਨਾਨਕ ਸਾਡਾ ਹੀ ਹੋ ਜਾਵੇ ਤੇ ਗੁਰੂ ਨਾਨਕ ਦੀ ਵਡਿਆਈ ਹੀ ਇਹ ਹੈ ਗੁਰੂ ਨਾਨਕ ਦੀ ਗੋਦ ਦੇ ਵਿੱਚ ਜਿੰਨ ਵੀ ਬਹਿਣਾ ਹੈ ਨਾ ਉਹਦੇ ਤੇ ਸ਼ਰਤ ਕੋਈ ਨਹੀਂ ਲਾਗੂ ਕਿ ਤੂੰ ਕਿਹੜੇ ਖਾਨਦਾਨ ਵਿੱਚ ਪੈਦਾ ਹੋਇਆ ਇੱਕ ਪਾਸੇ ਕਿਹਾ ਜਾਂਦਾ ਹੈ ਅੱਜ ਜਿਹੜੇ ਮਹਾਪੁਰਖਾਂ ਦਾ ਆਗਮਨ ਦਿਹਾੜਾ ਵੀ ਹੈ ਨਾ 15 ਮਹਾਪੁਰਖ 15 ਭਗਤ ਸਾਹਿਬਾਨ ਜਿਨ੍ਹਾਂ ਦੇ ਵਿੱਚੋਂ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਭਗਤ ਨਾਮਦੇਵ ਸਾਹਿਬ ਜੀ ਭਗਤ ਰਵਿਦਾਸ ਜੀ ਮਹਾਰਾਜ ਇਸੇ ਤਰ੍ਹਾਂ ਭਗਤ ਤਰਲੋਚਨ ਜੀ ਭਗਤ 베ਣੀ ਜੀ ਭਗਤ ਧੰਨਾ ਜੀ ਭਗਤ ਜੈਦੇਵ ਜੀ ਭਗਤ ਪੀਖਣ ਜੀ ਭਗਤ ਪੀਪਾ ਜੀ ਭਗਤ ਰਾਮਾਨੰਦ ਜੀ ਭਗਤ ਪਰਮਾਨੰਦ ਜੀ ਭਗਤ ਸੈਣ ਜੀ ਭਗਤ ਸਦਨਾ ਜੀ ਭਗਤ ਸੂਰਦਾਸ ਜੀ ਤੇ ਸ਼ੇਖ ਫਰੀਦ ਜੀ ਇਹ 15 ਮਹਾਂਪੁਰਖ ਨੇ ਤੇ ਸਾਧ ਸੰਗਤ ਜੀ ਮਾਰੋ ਖਾਂ ਚਾਤੀ ਇੱਕ ਪਾਸੇ ਬ੍ਰਾਹਮਣ ਨੇ ਜਦੋਂ ਆਪਾਂ ਜਾਤੀ ਮਾਰਦੇ ਆ ਨਾ ਭਗਤ 베ਣੀ ਜੀ ਸਾਧ ਸੰਗਤ ਜੀ ਭਗਤ ਜੈਦੇਵ ਜੀ ਪਰਮਾਨੰਦ ਜੀ ਰਾਮਾਨੰਦ ਜੀ ਤਰਲੋਚਨ ਜੀ ਬ੍ਰਾਹਮਣ ਇੱਕ ਪਾਸੇ ਮੁਸਲਮਾਨ ਨੇ ਸ਼ੇਖ ਫਰੀਦ ਜੀ ਭਗਤ ਸਧਨਾ ਜੀ ਸਾਧ ਸੰਗਤ ਜੀ ਫਿਰ ਜਿਨ੍ਹਾਂ ਨੂੰ ਅੱਜ ਦੇ ਦਿਨ ਜਿਨ੍ਹਾਂ ਨੂੰ ਯਾਦ ਕਰ ਰਹੇ ਆਪਾਂ ਉਹ ਮਹਾਪੁਰਖ ਜਿਨ੍ਹਾਂ ਨੇ ਕਿਹਾ ਹੱਸਦਾ ਖੇਲ ਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਇੱਕ ਇਹੋ ਜੀ ਗੋਦ ਐ ਜੀਦੇ ਵਿੱਚੋਂ ਬਾਲਕ ਖੇਡਦਾ ਆਵੇ ਤੇ ਉਹਨੂੰ ਪਵਾਂ ਗੇ ਪਰੇ ਮਾਰਿਆ ਜਾਵੇ ਕੋਈ ਮਾਂ ਨਹੀਂ ਕਰ ਸਕਦੀ ਆਖਣ ਲੱਗੇ ਮੈਂ ਤੇ ਹੱਸਦਾ ਖੇਡਦਾ ਆਇਆ ਸਾਂ ਤੇਰੇ ਦਰ ਤੇ ਤੇ ਆ ਕੇ ਭਗਤੀ ਕਰਦਾ ਸਾਂ ਬਾਹੋਂ ਪਕੜ ਕੇ ਧੂਕੇ ਕੱਢ ਦਿੱਤਾ ਬਾਹਰ ਤੇ ਕਸੂਰ ਕੀ ਐ ਮੇਰਾ ਅੱਖ ਲੱਗੇ ਹੀ ਨੜੀ ਜਾਤ ਮੇਰੀ ਯਾਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਆਹ ਕਸੂਰ ਸੀ ਮੇਰਾ ਉਹ ਕਹਿੰਦੇ ਨੇ ਮੈਨੂੰ ਆਖਦਾ ਤੂੰ ਛੀਂਬਿਆਂ ਦੇ ਘਰ ਪੈਦਾ ਹੋਇਆ ਉਹ ਕਹਿੰਦੇ ਰੱਬਾ ਇਹ ਮੇਰਾ ਕੀ ਕਸੂਰ ਹੋਇਆ ਬੰਦੇ ਦਾ ਕਸੂਰ ਇਹ ਤਾਂ ਹੋ ਸਕਦਾ ਹੈ ਕਹਿਣ ਲਿਬੜਿਆ ਤਿਬੜਿਆ ਆਇਆ ਜਾਂ ਨਾ ਆ ਗਿਆ ਇਹ ਤਾਂ ਹੋ ਸਕਦਾ ਇਹ ਤਾਂ ਹੋ ਸਕਦਾ ਹੈ ਪੇ ਭਾਈ ਸਿਰ ਨਹੀਂ ਕੱਜਿਆ ਤੂੰ ਸਿਰ ਢੱਕ ਕੇ ਆ ਜਾ ਉਹ ਇੱਕ ਹੀ ਕਹਿਣਗੇ ਵੀ ਤੂੰ ਛੀਮਿਆਂ ਦੇ ਘਰ ਜੰਮਿਆ ਪਹਿਲਾਂ ਬਹਾਮਣਾਂ ਦੇ ਘਰ ਜੰਮ ਕੇ ਆ ਇਹ ਤਾਂ ਨਹੀਂ ਨਾ ਹੋ ਸਕਦਾ ਕੋਈ ਵੀ ਸ਼ਰਤ ਤੁਸੀਂ ਲਾ ਲਓ ਨਾ ਵੀ ਕੱਪੜੇ ਕਾਲੇ ਰੰਗ ਦੇ ਪਾ ਕੇ ਆ ਚਿੱਟੇ ਰੰਗ ਦੇ ਬੰਦਾ ਕਹਿੰਦਾ ਮੈਂ ਹੁਣੇ ਜਾਣਾ ਪਾ ਕੇ ਆ ਜਾਣਾ ਹੁਣ ਨੂੰ ਕਹੋ ਤੇਰਾ ਜਨਮ ਐਸ ਘਰ ਦਾ ਤੂੰ ਐਸ ਘਰ ਵਿੱਚ ਜੰਮ ਕੇ ਆ ਉਹ ਕਹਿੰਦਾ ਫੇਰ ਤੇ ਮੈਨੂੰ ਮਰਨਾ ਹੀ ਪੈਣਾ ਹੈ ਨਾ ਇਹਦਾ ਤੇ ਕੋਈ ਲਾਜ ਹੀ ਨਹੀਂ ਹੈਗਾ ਤੋਂ ਉਹਨਾਂ ਮਹਾਪੁਰਖਾਂ ਵੱਲ ਝਾਤੀ ਮਾਰਦੇ ਆ ਉਹਤੇ ਵੀ ਰੱਬ ਦੇ ਘਰ ਦੀ ਬਾਤ ਐ ਰੱਬ ਦੀ ਗੋਦ ਦੀ ਗੱਲ ਹੋ ਰਹੀ ਐ ਪਰ ਬਾਹੋਂ ਪਕੜ ਕੇ ਬਾਹਰ ਕੱਢ ਦਿੱਤਾ ਜਾਂਦਾ ਐ ਤੇਰਾ ਕਸੂਰ ਏ ਐ ਤੇਰਾ ਜਨਮ ਐਸ ਕੁਲ ਵਿੱਚ ਹੋਇਆ ਐਸ ਵਿੱਚ ਕਿਉਂ ਨਹੀਂ ਹੋਇਆ ਤੇ ਜੇ ਦੂਜੇ ਪਾਸੇ ਦੇਖੀਏ ਇਹ ਸਾਧ ਸੰਗਤ ਜੀ ਕਈ ਵਾਰ ਆਨਾ ਆਪਾਂ ਕਹਿੰਨੇ ਆ ਸੰਸਾਰ ਦਾ ਰੋਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਉਤੇ ਹੋ ਸਕਦਾ ਕੋਈ ਗੈਰ ਸਿੱਖ ਹੋਵੇ ਤੇ ਉਹ ਇਤਰਾਜ਼ ਕਰੇ ਕੋ ਮੁਸਲਮਾਨ ਵੀਰ ਇਤਰਾਜ਼ ਕਰਦਾ ਹੈ ਉਹ ਕਹਿੰਦਾ ਜੀ ਸਾਡੇ ਲਈ ਤਾਂ ਸੰਸਾਰ ਦਾ ਕੁੱਲ ਜਗਤ ਦਾ ਰੋਹਾਨੀਅਤ ਦਾ ਕੇਂਦਰ ਮੱਕਾ ਹੈ ਤੇ ਦਾਸ ਨੇ ਬੇਨਤੀ ਕੀਤੀ ਕਿ ਬੜੀ ਚੰਗੀ ਗੱਲ ਹੈ ਮੱਕਾ ਜੀ ਰੋਹਾਨੀਅਤ ਦਾ ਕੇਂਦਰ ਹੈ ਤੇ ਮੈਂ ਦਰਸ਼ਨ ਕਰਨੀ ਚਾਹਨਾ ਉਹ ਕਹਿੰਦੇ ਮੁਸਲਮਾਨ ਬਣਾਣਾ ਪੈਣਾ ਤੇ ਮੁਸਲਮਾਨ ਕਿਉਂ ਬਣਾ ਮੈਂ ਮੈਨੂੰ ਸਿੱਖੀ ਪਿਆਰੀ ਹੈ ਮੈਂ ਐਵੇਂ ਦਰਸ਼ਨ ਕਰਨੀ ਚਾਹਨਾ ਦਰਸ਼ਣੀ ਕਰਨੇ ਨੇ ਉਹ ਕਹਿੰਦੇ ਨਹੀਂ ਉਹਤੇ ਇਕੱਲਾ ਮੁਸਲਮਾਨ ਹੀ ਜਾ ਸਕਦਾ ਫਿਰ ਕੁੱਲ ਦੁਨੀਆ ਦਾ ਤੇ ਨਾ ਨਾ ਹੋਇਆ ਇਕੱਲੇ ਮੁਸਲਮਾਨਾਂ ਦਾ ਹੀ ਹੈ ਕੋਈ ਸ਼ਾਕੀ ਨਹੀਂ ਇਕੱਲੇ ਮੁਸਲਮਾਨਾਂ ਦਾ ਹੀ ਹੈ ਦੂਜੇ ਲਈ ਹੈ ਹੀ ਨਹੀਂ ਤੇ ਕੋਈ ਹਿੰਦੂ ਵੀਰ ਵੀ ਆਖੇਗਾ ਤੇ ਸਾਧ ਸੰਗਤ ਜੀ ਬੇਨਤੀ ਇਹ ਹੈ ਕਿ ਜਿੱਤੋਂ ਭਗਤ ਨਾਮਦੇਵ ਜੀ ਨੂੰ ਧੱਕੇ ਵਾਜਦੇ ਨੇ ਤੇ ਜਿੱਤੋਂ ਕਿਹਾ ਜਾਂਦਾ ਹੈ ਕਿ ਨੀਚ ਕੁੱਲ ਵਿੱਚ ਜੰਮਿਆ ਤੈਨੂੰ ਕੋਈ ਅਧਿਕਾਰ ਨਹੀਂ ਅੰਦਰ ਆਉਣ ਦਾ ਕੋਈ ਕਹਿ ਦੇਗਾ ਉਹ ਤਾਂ ਗਰੀਬ ਬੰਦਾ ਸੀ ਸਾਧ ਸੰਗਤ ਜੀ ਦੇਸ਼ ਦੇ ਵਿੱਚ ਸਭ ਤੋਂ ਵੱਡਾ ਅਹੁਦਾ ਹੁੰਦਾ ਰਾਸ਼ਟਰਪਤੀ ਦਾ ਰਾਸ਼ਟਰਪਤੀ ਦਾ ਅਹੁਦਾ ਸਭ ਤੋਂ ਵੱਡਾ ਹੈ ਸੰਵਿਧਾਨਕ ਤੌਰ ਤੇ ਤੇ ਰਾਸ਼ਟਰਪਤੀ ਬਣਾ ਤਾਂ ਦਿੱਤਾ ਪਰ ਉਹਦੀ ਜਾਤ ਵੇਖਣੀ ਨਹੀਂ ਭੁੱਲੇ ਰਾਸ਼ਟਰਪਤੀ ਦਾ ਬਣਾ ਦਿੱਤਾ ਪਰ ਉਹਦੀ ਜਾਤ ਪਰਖਣੀ ਨਹੀਂ ਭੁੱਲੇ ਉਹ ਮੰਦਰ ਵਿੱਚ ਗਿਆ ਪੂਜਾ ਕਰਨ ਤੇ ਉਹਨੂੰ ਪਹਿਲਾਂ ਹੀ ਸਮਝਾ ਦਿੱਤਾ ਹੈ ਤੁਸੀਂ ਭਾਵੇਂ ਰਾਸ਼ਟਰਪਤੀ ਬਣ ਗਏ ਹੋ ਪਰ ਜੇ ਅੰਦਰ ਪੈਰ ਪਾਏ ਤੇ ਮੰਦਰ ਭਟਿਆ ਜਾਣਾ ਪੌੜੀਆਂ ਦੇ ਬਾਹਰ ਬਹਿ ਕੇ ਪੂਜਾ ਕਰ ਲਓ ਉਹ ਪੁੱਛ ਲਿਆ ਜੀ ਅੰਦਰ ਕਿਉਂ ਨਹੀਂ ਗਏ ਉਹਨੇ ਰਾਸ਼ਟਰਪਤੀ ਜੀ ਨੇ ਨਾ ਉਹ ਪੌੜੀਆਂ ਚੜਨ ਦੀ ਗੱਲ ਹੈ ਉਹ ਬਾਕੀ ਸਾਰੇ ਥਾਈਂ ਦੇ ਭੱਜ ਕੇ ਚੜਦੇ ਫਿਰਦੇ ਹੋ ਮਹਾਰਾਜੀ ਉੱਥੇ ਜਾ ਕੇ ਚੁੱਕ ਪੈ ਗਈ ਸੀ ਕੱਲੀ ਗੱਲ ਤੱਕ ਅੰਦਰ ਕੁਝ ਹੋ ਰਿਹਾ ਹੋਨ ਰੂਹਾਨੀਅਤ ਦਾ ਕੇਂਦਰ ਇੱਕ ਜਾਤ ਲਈ ਹੋ ਸਕਦਾ ਹੈ ਇੱਕ ਤਬਕੇ ਲਈ ਹੋ ਸਕਦਾ ਹੈ ਸਾਰਿਆਂ ਲਈ ਨਹੀਂ ਹੋ ਸਕਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਕੁੱਲ ਸੰਸਾਰ ਦਾ ਸਾਂਝਾ ਇਸ ਲਈ ਹੈ ਕੋਈ ਵੀ ਆਵੇ ਕਿਸੇ ਨੂੰ ਇਹ ਨਹੀਂ ਪੁੱਛਿਆ ਜਾਣਾ ਤੇਰੀ ਬਰਾਦਰੀ ਕਿਹੜੀ ਕੁੱਲ ਕਿਹੜੀ ਨਸਲ ਕਿਹੜੀ ਬੋਲੀ ਕਿਹੜੀ ਜਾਤ ਕਿਹੜੀ ਰੰਗ ਕਿਹੜਾ ਹਰ ਇੱਕ ਵਾਸਤੇ ਇੱਕੋ ਹੀ ਪੰਗਤ ਹਰ ਇੱਕ ਵਾਸਤੇ ਇੱਕੋ ਹੀ ਸੰਗਤ ਦਰਵਾਜੇ ਚਾਰ ਨੇ ਨਾ ਅੰਦਰ ਆਉਣ ਦਾ ਪੁਲ ਇੱਕੋ ਹੀ ਹੈ ਪੁਲ ਨਹੀਂ ਚਾਰ ਦਰਵਾਜੇ ਚਾਰ ਨੇ ਪੁਲ ਇੱਕ ਹੈ ਚੌਂ ਦਰਵਾਜਿਆਂ ਤੋਂ ਜਿੱਧਰੋਂ ਮਰਜੀ ਆ ਜਾਓ ਪਰ ਜਦੋਂ ਅੰਦਰ ਜਾਣ ਲੱਗੋਗੇ ਸਾਰੇ ਜਾਣੇ ਇੱਕੋ ਪੁਲ ਦੇ ਉੱਤੋਂ ਦੀ ਤੁਰ ਕੇ ਜਾਓਗੇ ਤਾਂ ਹੀ ਮੇਰੇ ਹਜ਼ੂਰ ਨੇ ਇਹ ਕਿਰਪਾ ਕੀਤੀ ਹੈ ਨਾ ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਐ ਸੰਭੇਰੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਜਿੰਨੇ ਗੁਰੂ ਨਾਨਕ ਦੀ ਗੋਦ ਵਿੱਚ ਬਹਿਣਾ ਹੈ ਨਾ ਕੋਈ ਹਿੰਦੂ ਵੀਰ ਹੋਵੇ ਉਹ ਕਹਿੰਦਾ ਮੈਂ ਗੁਰੂ ਨਾਨਕ ਦੀ ਗੋਦ ਦਾ ਨਿਗ ਮੰਨਣਾ ਚਾਹੁੰਨਾ ਉਹਦੇ ਤੇ ਕੋਈ ਪਾਬੰਦੀ ਨਹੀਂ ਕਿ ਭਾਈ ਤੈਨੂੰ ਪਹਿਲਾਂ ਸਿੰਘ ਸਜਣਾ ਪੈਣਾ ਅੰਮ੍ਰਿਤ ਛਕੜਾ ਪੈਣਾ ਉਹਦੀ ਖੁਸ਼ੀ ਹੋਵੇ ਤੇ ਉਹਦੀ ਖੁਸ਼ੀ ਹੋਵੇ ਪਰ ਪਾਬੰਦੀ ਤੇ ਨਹੀਂ ਨਾ ਕੋਈ ਕੀ ਕੋਈ ਜੰਯੂ ਧਾਰੀ ਤਿਲਕ ਧਾਰੀ ਆ ਕੇ ਗੁਰੂ ਨਾਨਕ ਦੇ ਚਰਨਾਂ ਦਾ ਨਿਗ ਨਹੀਂ ਲੈ ਸਕਦਾ ਕੋਈ ਰੋਕ ਹੀ ਨਹੀਂ ਹੈ ਕੋਈ ਮਸਲਾ ਹੀ ਨਹੀਂ ਸਾਧ ਸੰਗਤ ਜੀ ਇੱਕ ਮੁਸਲਮਾਨ ਕਹਿੰਦਾ ਮੈਂ ਨਮਾਜ਼ੀਆਂ ਦਾਸ ਨੇ ਪਿਛਲੇ ਦਿਨੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਤੋਂ ਲਾਈ ਵੀ ਆਪ ਕਈ ਗੁਰਮੁਖ ਸੁਣਦੇ ਹੋ ਅਸੀਸਾਂ ਦਿੰਦੇ ਹੋ ਇਹ ਬੇਨਤੀ ਕੀਤੀ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੋਈ ਮੁਸਲਮਾਨ ਵੀਰ ਆਇਆ ਉਹਨੇ ਆਪਣਾ ਮਸੱਲਾ ਇੱਕ ਨੁਕਰੇ ਜੀ ਵਿਸ਼ਾਖ ਕੇ ਨਮਾਜ਼ ਪੜ ਲਈ ਅਸੀਂ ਕੋਈ ਇਤਰਾਜ਼ ਤੇ ਨਹੀਂ ਨਾ ਕੀਤਾ ਕੋਈ ਇੱਕ ਸਿੱਖ ਦੁਨੀਆ ਦਾ ਦੱਸ ਦਿਓ ਇੱਕ ਸਿੱਖ ਜਿਹਨੇ ਇਤਰਾਜ਼ ਕੀਤਾ ਹੋਵੇ ਜਿਹਨੇ ਕੋ ਮੰਦਾ ਬੋਲ ਬੋਲਿਆ ਹੋਵੇ ਨਹੀਂ ਨਾ ਆਮ ਸਧਾਰਨ ਸਿੱਖ ਦੀ ਗੱਲ ਨਹੀਂ ਪਹੁੰਚੀ ਹੋਈ ਮਹਾਨ ਹਸਤੀ ਜਿਨ੍ਹਾਂ ਦੀ ਵਿਦਵਤਾ ਤੇ ਜਿਨ੍ਹਾਂ ਦੀ ਨਿਮਰਤਾ ਤੇ ਜਿਨ੍ਹਾਂ ਦੇ ਸਹਿਜ ਸੁਭਾਅੋ ਤੇ ਵੀ ਕੋਈ ਸ਼ੱਕ ਨਹੀਂ ਕਰ ਸਕਦਾ ਗਿਆਨੀ ਸੰਤ ਸਿੰਘ ਜੀ ਮਸਕੀਨ ਗਿਆਨੀ ਮਸਕੀਨ ਜੀ ਕੁਝ ਮੁਸਲਮਾਨ ਉਹਨਾਂ ਦੇ ਸ਼ਰਧਾਲੂ ਉਹਨਾਂ ਨੇ ਕਿਹਾ ਕਿ ਆਪ ਜੀ ਅਰਬੀ ਫਾਰਸੀ ਸਾਰੀ ਜਾਣਦੇ ਹੋ ਕਿਉਂਕਿ ਗਿਆਨੀ ਮਸਕੀਨ ਜੀ ਨੇ ਪੰਜ ਜਮਾਤਾਂ ਜਿਹੜੀਆਂ ਪੜੀਆਂ ਨੇ ਨਾ ਉਹ ਪੜੀਆਂ ਪਸ਼ਤੋ ਵਿੱਚ ਗਿਆਨੀ ਮਸਕੀਨ ਜੀ ਪਸ਼ਤੋ ਵਿੱਚ ਪੜੇ ਨੇ ਪਹਿਲੀਆਂ ਪੰਜ ਜਮਾਤਾਂ ਤੇ ਉਹਨਾਂ ਲਈ ਅਰਬੀ ਫਾਰਸੀ ਏਵੇਂ ਹੀ ਹੈ ਜਿਵੇਂ ਸਾਡੇ ਲਈ ਪੰਜਾਬੀ ਹੁੰਦੀ ਹੈ ਉਹ ਚੰਗੀ ਤਰ੍ਹਾਂ ਕੁਰਾਨ ਬਾਰੇ ਹਦੀਸ ਬਾਰੇ ਗਿਆਨ ਰੱਖਦੇ ਪੂਰਾ ਤੋ ਸਾਧ ਸੰਗਤ ਜੀ ਉਹਨਾਂ ਨੇ ਆਖਿਆ ਸ਼ਰਧਾਲੂਆਂ ਨੇ ਮੁਸਲਮਾਨਾਂ ਨੇ ਆਓ ਗਿਆਨੀ ਜੀ ਨੇ ਕਿਹਾ ਕਿ ਠੀਕ ਹੈ ਸਤ ਹੈ ਅਸੀਂ ਨਾਲ ਰਾਗੀ ਜਥਾ ਲੈ ਕੇ ਆਵਾਂਗੇ ਤੇ ਸ਼ਬਦ ਇੱਕ ਤਾਂ ਬਾਬਾ ਫਰੀਦ ਜੀ ਦਾ ਪੜਾਂਗੇ ਇੱਕ ਕਬੀਰ ਜੀ ਦਾ ਪੜਾਂਗੇ ਕਵਾਲੀ ਰੂਪ ਦੇ ਵਿੱਚ ਜਿਵੇਂ ਕਵਾਲੀਆਂ ਪੜਦੇ ਨੇ ਉਸ ਤਰਜ਼ ਤੇ ਪੜਾਂਗੇ ਇਤਰਾਜ਼ ਕਿਸੇ ਨੂੰ ਕੋਈ ਨਹੀਂ ਤੇ ਸ਼ੇਖ ਸਾਦੀ ਤੇ ਹੋਰ ਇਸਲਾਮ ਦੇ ਵੱਡੇ ਵਿਦਵਾਨਾਂ ਦੇ ਉਹਨਾਂ ਦੇ ਬਚਨਾਂ ਦੀ ਵਿਚਾਰ ਕਰਾਂਗੇ ਤੇ ਆਪ ਜੀ ਸ਼ਾਇਦ ਜਾਣਦੇ ਹੋਵੋਗੇ ਕਿ ਕੱਟੜਵਾਦੀ ਲੋਕ ਮਸਜਿਦ ਦੇ ਬਾਹਰ ਖਲੋ ਕੇ ਨਾਰੇ ਮਾਰਨ ਲੱਗ ਪਏ ਸਨ ਉਹਨਾਂ ਨੇ ਅੰਦਰ ਨਹੀਂ ਸੀ ਵੜਨ ਦਿੱਤਾ ਇਹ ਨਹੀਂ ਮੈਂ ਕਹਿੰਦਾ ਵੀ ਕੋ ਸਧਾਰਨ ਸੇ ਗੁੜਕਾ ਸਾਹਿਬ ਲੈ ਕੇ ਚਲਾ ਗਿਆ ਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਕੱਟੜਵਾਦੀ ਲੋਕ ਬਾਹਰ ਖਲੋਗ ਹੈ ਉਹਨਾਂ ਨਾਰੇ ਮਾਰੇ ਉਹਨਾਂ ਅੰਦਰ ਨਾ ਵੜਨ ਦਿੱਤਾ ਤੇ ਦੂਰ परे होके स्टेज लाई ਤੇ ਉਤੇ ਕੀਰਤਨ ਕੀਤਾ ਉਹੀ ਸ਼ਰਧਾਲੂ ਥੋੜੇ ਜੇ ਖਲੋਤੇ ਰਹ ਉਹਨਾਂ ਜਿਹੜੋ ਕਟੜਵਾਦੀ ਨਾਰੇ ਨੂਰੇ ਮਾਰਦੇ ਰਹ ਤੇ ਉਸ ਤੋਂ ਬਾਅਦ ਗਿਆਨੀ ਮਸਕੀਨ ਜੀ ਨੇ ਕਿਹਾ ਵੀ ਨਹੀਂ ਅਸੀਂ ਵਿਵਾਦ ਗਵਾਲੀ ਗੱਲ ਚ ਨਹੀਂ ਪੈਣਾ ਅਸੀਂ ਅੱਜ ਤੋਂ ਬਾਅਦ ਇਸ ਤਰ੍ਹਾਂ ਜੇ ਕੋਈ ਆ ਕੇ ਕਹੇਗਾ ਵੀ ਨਾ ਅਸੀਂ ਨਹੀਂ ਕਿਸੇ ਦੀ ਇਹ ਗੱਲ ਮੰਨਾਂਗੇ ਇਹ ਨਫ਼ਰਤ ਫੈਲਾਉਣ ਲਈ ਨਹੀਂ ਹੈ ਇਹ ਕੇਵਲ ਇਹ ਦੱਸਣ ਲਈ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਨਿਰਾਲਾ ਕਿਵੇਂ ਹੈ ਨਿਰਾਲਾ ਕਿਵੇਂ ਹੈ ਇਥੇ ਆ ਕੇ ਕੋਈ ਨਮਾਜ਼ ਵੀ ਪੜ ਗਿਆ ਸਾਨੂੰ ਕੋਈ ਇਤਰਾਜ਼ ਥੋੜਾ ਹੈ ਇਥੇ ਆ ਕੇ ਖਾਲਸਾ ਜੀ ਕੋਈ ਟਿੱਕਾ ਲਾ ਕੇ ਆ ਪਿਛਲੇ ਦਿਨੀ ਵਾਰਤਾ ਵੇਖੋ ਹਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ੀਦੀ ਦਿਹਾੜਾ ਆਉਣਾ ਹੈ ਨਾ ਆਪਾਂ ਇਹ ਸਾਖੀ ਜੇ ਸੁਣਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਜੰਨੂ ਪਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਹ ਸਾਖੀ ਵੀ ਤੇ ਸੁਣਦੇ ਆ ਨਾ ਕਿ ਧੰਨ ਗੁਰੂ ਨਾਨਕ ਦੀ ਜੋਤ ਦਾ ਨਾਵਾ ਜਾਮਾ ਤੇ ਜਦੋਂ ਔਰੰਗਜ਼ੇਬ ਧੱਕੇ ਨਾਲ ਜੰਝੂ ਲਾਉਂਦਾ ਸੀ ਫਿਰ ਮਹਾਰਾਜ ਨੇ ਲਾਉਣ ਵੀ ਨਹੀਂ ਸੀ ਦਿੱਤੇ ਲੱਥਦੇ ਹੋਏ ਵੀ ਬਚਾਏ ਸਨ ਨੋਵੇਂ ਗੱਲਾਂ ਨੇ ਨਾ ਇਹ ਨਹੀਂ ਹੈ ਕਿ ਕੱਲਾ ਪਾਉਣ ਤੋਂ ਇਨਕਾਰ ਤੇ ਉਹਦੇ ਬੇਸ ਤੇ ਉੱਤੇ ਕੋਈ ਬੰਦਾ ਉਹਦੀ ਗਲਤ ਇੰਟਰਪ੍ਰੀਟੇਸ਼ਨ ਕਰਕੇ ਨਫ਼ਰਤ ਪੈਦਾ ਕਰੇ ਪਿਆਰਿਓ ਉਹ ਤੇ ਸਾਰਾ ਮਾਮਲਾ ਧੱਕੇ ਦਾ ਸੀ ਜੰਨੂ ਦਾ ਤੇ ਮਾਮਲਾ ਹੀ ਨਹੀਂ ਮਾਮਲਾ ਸੀ ਧੱਕੇ ਦਾ ਮਹਾਰਾਜ ਜੀ ਕਹਿੰਦੇ ਨੇ ਧੱਕੇ ਨਾਲ ਪਾਉਣ ਵੀ ਨਹੀਂ ਦੇਣਾ ਤੇ ਧੱਕੇ ਨਾਲ ਜੇ ਕੋਈ ਲਾਉਣ ਦਾ ਯਤਨ ਕਰੇਗਾ ਤੇ ਉਹਨੂੰ ਲਾਉਣ ਵੀ ਨਹੀਂ ਦੇਣਾ ਕਵੀ ਨੇ ਬੜੇ ਪਿਆਰੇ ਬਚਨ ਲਿਖੇ ਨੇ ਉਹ ਕਹਿੰਦਾ 9 ਸਾਲ ਦਾ ਨਾਨਕ ਕਹਿੰਦਾ ਜਬਰੀ ਜੰਨੂ ਪੈਣ ਨਹੀਂ ਦੇਣਾ 9 ਸਾਲ ਦਾ ਗੋਬਿੰਦ ਕਹਿੰਦਾ ਜਬਰੀ ਜੰਨੂ ਲੈਣ ਨਹੀਂ ਦੇਣਾ ਜ਼ਬਰਦਸਤੀ ਦਾ ਸੌਦਾ ਨਹੀਂ ਹੁਣ ਇੱਕ ਬ੍ਰਾਹਮਣ ਵੀਰ ਐ ਉਹਨੇ ਗਲ ਜੰਨੂ ਆਇਆ ਹੈ ਮੇਰੇ ਵੀਰਾ ਤੇਰੇ ਲਈ ਇਹ ਧਾਗੇ ਦਾ ਹੋਵੇਗਾ ਪਰ ਜਿੰਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਹੈ ਨਾ ਉਹਨੂੰ ਨજર ਆਵੇਗਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਆਂਦਰਾਂ ਦਾ ਹੈ ਜੰਨੂ ਸਾਨੂੰ ਉਹ ਜੰਨੂ ਮਾੜਾ ਥੋੜਾ ਲੱਗੇਗਾ ਸਾਡੇ ਸਤਿਗੁਰੂ ਜੀ ਦੀਆਂ ਆਂਦਰਾਂ ਦਾ ਕਿਸੇ ਨੇ ਟਿੱਕਾ ਚੰਦਨ ਦਾ ਘਸਾ ਕੇ ਲਾ ਲਿਆ ਤੇ ਉਹ ਟਿੱਕਾ ਸਾਨੂੰ ਪਿਆਰਾ ਲੱਗਦਾ ਹੈ ਤੇ ਲੱਗਣਾ ਵੀ ਚਾਹੀਦਾ ਹੈ ਉਹ ਟਿੱਕਾ ਇਸ ਲਈ ਪਿਆਰਾ ਲੱਗਦਾ ਹੈ ਮੇਰੇ ਵੀਰ ਪੰਡਤ ਜੀ ਤੁਸੀਂ ਤਾਂ ਟਿੱਕਾ ਲਾਇਆ ਹੈ ਚੰਦਨ ਦਾ ਘਸਾ ਕੇ ਪਰ ਮੇਰੀਆਂ ਅੱਖਾਂ ਵੇਖਦੀਆਂ ਪਈਆਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਲਹੂ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਖੂਨ ਦਾ ਟਿੱਕਾ ਹੈ ਮੈਨੂੰ ਕਿਉਂ ਬੁਰਾ ਲੱਗੇ ਮੇਰੇ ਬਾਪੂ ਨੇ ਆਪਣੇ ਲਹੂ ਦਾ ਟਿੱਕਾ ਉਹਨਾਂ ਦੇ ਮੱਥੇ ਤੇ ਲਾ ਦਿੱਤਾ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਜੇ ਸੰਸਾਰ ਦੇ ਵਿੱਚ ਸੁੱਖ ਆ ਸਕਦਾ ਸ਼ਾਂਤੀ ਆ ਸਕਦੀ ਭਾਈਚਾਰਾ ਆ ਸਕਦਾ ਤਾਂ ਕੇਵਲ ਕੇਵਲ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਮੰਨ ਕੇ ਹੀ ਆ ਸਕਦਾ ਕੀ ਉਪਦੇਸ਼ ਹੈ ਗੁਰੂ ਨਾਨਕ ਦੇਵ ਜੀ ਦਾ ਜਦੋਂ ਪੁੱਛਿਆ ਗਿਆ ਸੀ ਨਾ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਤੇ ਜੇ ਮੇਰੇ ਵਰਗਾ ਮੂਰਖ ਬੰਦਾ ਕਵੇ ਨਾ Hindu ਵੱਡਾ ਨਾ Musalman ਵੱਡਾ ਸਿੱਖ ਵੱਡਾ ਹੈ ਤੇ ਮੂਰਖਤਾ ਹੀ ਹੋਵੇਗੀ ਨਾ ਸਤਿਗੁਰੂ ਤਾਂ ਕਹਿੰਦੇ ਪਏ ਨੇ ਨਾ Hindu ਵੱਡਾ ਨਾ Musalman ਵੱਡਾ ਭਾਈ ਬੰਦੇ ਦੇ ਕਰਮ ਵੱਡੇ ਛੋਟੇ ਨੇ ਮੇਰੇ ਪਾਤਸ਼ਾਹ ਜੀ ਨੇ ਆਖ ਦਿੱਤਾ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਸ਼ੁਭ ਅਮਲ ਨਹੀਂ ਤੇ ਦੋਵੇਂ ਹੀ ਰੋਣਗੇ ਸ਼ੁਭ ਅਮਲ ਨੇ ਤੇ ਦੋਵੇਂ ਹੀ ਚੰਗੇ ਨੇ ਗੁਰੂ ਕਲਗੀ ਧਰਪਾਤਸ਼ਾਹ ਜੀ ਨੂੰ ਪੁੱਛਿਆ ਗਿਆ ਸੀ ਕਾਜੀ ਵੱਲੋਂ ਬਾਦਸ਼ਾਹ ਦੀ ਕਚਹਿਰੀ ਵਿੱਚ ਭਰੇ ਦਰਬਾਰ ਵਿੱਚ ਉਹ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੂੰਹੋਂ ਕੁਝ ਐਸਾ ਸ਼ਬਦ ਕਢਾਈਏ ਤੇ ਮੁੜਕੇ ਬਾਦਸ਼ਾਹ ਨੂੰ ਮਜਬੂਰ ਕਰਾਂਗੇ ਵੇਖੋ ਜੀ ਇਹਨਾਂ ਨੇ ਇਸਲਾਮ ਦੀ ਤੋਹੀਨ ਕੀਤੀ ਹੈ ਇਹਨਾਂ ਦੇ ਨਾਲ ਸਬੰਧ ਕਿਉਂ ਰੱਖਦੇ ਹੋ ਬਾਦਸ਼ਾਹ ਨੂੰ ਗੁਰੂ ਸਾਹਿਬ ਨਾਲੋਂ ਤੋੜ ਲਿਆ ਜਾਵੇ ਉਹਨਾਂ ਨੇ ਭਰੇ ਦਰਬਾਰ ਵਿੱਚ ਕਿਹਾ ਕਿ ਮਹਾਰਾਜ ਇਹ ਦੱਸੋ ਮਜ਼ਬ ਤੇਮਾਰਾ ਖੂਬ ਕੇ ਹਮਾਰਾ ਖੂਬ ਗੁਰੂ ਕਲਗੀ ਧਰਜੀ ਮੁਸਕੁਰਾ ਕੇ ਕਹਿੰਦੇ ਨੇ ਤੁਮੇ ਤੇਮਾਰਾ ਖੂਬ ਹਮੇ ਹਮਾਰਾ ਖੂਬ ਇਹਦੇ ਨਾਲ ਸੁਖ ਆ ਸਕਦਾ ਹੈ ਸੰਸਾਰ ਵਿੱਚ ਇਹਦੇ ਨਾਲ ਸ਼ਾਂਤੀ ਆ ਸਕਦੀ ਹੈ ਸੰਸਾਰ ਵਿੱਚ ਨਹੀਂ ਤੇ ਇੱਕ ਬਨੇਓ ਨੇ ਉਹ ਕਹਿੰਦੇ ਸਾਰੀ ਦੁਨੀਆ ਨੂੰ ਦਾਰੁਲ ਇਸਲਾਮ ਹੀ ਬਣਾਉਣਾ ਹੈ ਅਸੀਂ ਇਦਾਰੁਲ ਹਰਮ ਹੈ ਇਹਨੂੰ ਦਾਰੁਲ ਇਸਲਾਮ ਬਣਾਉਣਾ ਹੈ ਸਭ ਨੂੰ ਮੁਸਲਮਾਨ ਬਣਾਉਣਾ ਹੈ ਕਿਸੇ ਵੀ ਮੁਸਲਮਾਨ ਵੀਰ ਨੂੰ ਪੁੱਛ ਕੇ ਵੇਖ ਲਓ ਵੀ ਤੁਹਾਡਾ ਇਹ ਖੁਆਬ ਨਹੀਂ ਹੈ ਕਿ ਅਸੀਂ ਸਾਰੀ ਦੁਨੀਆ ਮੁਸਲਮਾਨ ਬਣਾਉਣੀ ਉਹ ਕਹਿੰਦੇ ਕਿ ਆਮਤ ਤੋਂ ਪਹਿਲਾਂ ਪਹਿਲਾਂ ਬਣਾਉਣੇ ਨੇ ਅਸੀਂ ਸਾਰੇ ਮੁਸਲਮਾਨ ਈਸਾਈਆਂ ਨੂੰ ਪੁੱਛੋ ਉਹ ਕਹਿੰਦੇ ਸਾਰੀ ਦੁਨੀਆ ਈਸਾਈ ਬਣੇਗੀ ਤੇ ਈਸਾ ਨੇ ਉੱਤੋਂ ਉੱਤਰ ਕੇ ਆਉਣਾ ਉਹਨਾਂ ਚਿਰ ਨਹੀਂ ਉਤਰਨਾ ਤੇ ਅੱਜ ਕੱਲ ਤਾਂ ਵਾਹਿਗੁਰੂ ਬਖਸ਼ ਲਵੇ ਸਨਾਤਨ ਵਾਲਿਆਂ ਨੂੰ ਵੀ ਇਹੋ ਹੀ ਚਾ ਚੜਿਆ ਪਿਆ ਉਹ ਕਹਿੰਦੇ ਅਸੀਂ ਸਾਰੀ ਦੁਨੀਆ ਨੂੰ ਹੀ ਅਖੰਡ ਭਾਰਤ ਬਣਾਗੇ ਸਾਰੇ ਹਿੰਦੂ ਬਣਾ ਲੈਣ ਤੇ ਜੇ ਕੋਈ ਮੇਰੇ ਵਰਗਾ ਵੀ ਕਮਲਾ ਕਵੇ ਨਹੀਂ ਅਸੀਂ ਦੇ ਸਾਰਿਆਂ ਨੂੰ ਹੀ ਅੰਮ੍ਰਿਤ ਛਕਾ ਦੇਣਾ ਹੈ ਤੇ ਗੁਰੂ ਦਾ ਉਪਦੇਸ਼ ਤਾਂ ਬਿਲਕੁਲ ਵੀ ਨਹੀਂ ਮੇਰੇ ਸਤਿਗੁਰਾਂ ਦਾ ਉਪਦੇਸ਼ ਹੀ ਇਹ ਹੈ ਹਿੰਦੂ ਹਿੰਦੂ ਰਵੇ ਮੁਸਲਮਾਨ ਮੁਸਲਮਾਨ ਰਵੇ ਈਸਾਈ ਈਸਾਈ ਰਵੇ ਸਿੱਖ ਸਿੱਖ ਰਵੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਕਿਸੇ ਨੇ ਕਿਤੇ ਜਾਣਾ ਹੈ ਉਹ ਜਾਵੇ ਪਰ ਕੋਈ ਦੂਜੇ ਨੂੰ ਨੀਵਾਂ ਨਾ ਵਿਖਾਵੇ ਕੋਈ ਦੂਜੇ ਤੇ ਗਲਬਾ ਨਾ ਪਾਵੇ ਇਹ ਨਾ ਕਹੇ ਕਿ ਅਸੀਂ ਸਾਰਿਆਂ ਨੂੰ ਆਏ ਹੋਈ ਬਣਾ ਲੈਣਾ ਔਰੰਗਜੀਬ ਜਿੱਦ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਂ ਦੋ ਤੋਂ ਇੱਕ ਕਰਨੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਜੇ ਜਿੱਦ ਫੜੀਊ ਤੇ ਸੁਣ ਲੈ ਫਿਰ ਦੋ ਤੋਂ ਇੱਕ ਤਾਂ ਨਹੀਂ ਹੋਣਾ ਫਿਰ ਦੋ ਤੋਂ ਤਿੰਨ ਹੋ ਜਾਣਗੇ ਦੋ ਦੋ ਤਿੰਨ ਹੋਣਗੇ ਦੋ ਤੋਂ ਇੱਕ ਨਹੀਂ ਹੋਣ ਦਿੰਦੇ। ਤੋ ਤੀਸਰਾ ਫਿਰ ਖਾਲਸਾ ਸਾਜਿਆ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਘਰ ਦਾ ਉਪਦੇਸ਼ ਹੈ। ਐਵੇਂ ਤਾਂ ਨਹੀਂ ਭਾਈ ਗੁਰਦਾਸ ਜੀ ਦੇ ਬਚਨ ਨੇ ਨਾ ਗੜ ਬਗਦਾਦ ਨਿਵਾਇਕੈ ਮੱਕਾ ਮਦੀਨਾ ਸਭੈ ਨਿਵਾਇਆ ਕਿ ਜੋਰ ਨਾਲ ਨਿਵਾਇਆ ਤੱਕੇ ਨਾਲ ਨਿਵਾਇਆ ਨਹੀਂ ਪ੍ਰੇਮ ਨਾਲ ਨਿਵਾਇਆ ਪ੍ਰੇਮ ਨਾਲ ਉਹ ਜਿਹੜੇ ਕਹਿੰਦੇ ਸੀ ਗੈਰ ਮੁਸਲਮਾਨ ਨੂੰ ਮੱਕੇ ਵੜਨ ਨਹੀਂ ਦੇਣਾ ਜੇ ਵੜ ਜਾਏ ਤੇ ਮਾਰ ਦੇਣਾ ਜਦੋਂ ਉਹਨਾਂ ਨੂੰ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਵਰ ਕਿਰਪਾ ਵਰਤਾਉਂਦੇ ਨੇ ਨਾ ਫਿਰ ਉਹ ਪੈਰੀਂ ਪੈ ਕੇ ਕਹਿੰਦੇ ਨੇ ਬਾਬਾ ਜੀ ਖੜਾਵਾਂ ਦੇ ਜਾਓ ਜੇ ਜਾਣਾ ਹੀ ਐ ਨਾ ਤੁਸੀਂ ਅਬਲ ਤਾਂ ਇੱਥੇ ਰਹੋ ਜੇ ਜਾਣਾ ਹੀ ਐ ਤੇ ਸਾਨੂੰ ਆਪਣੀਆਂ ਖੜਾਵਾਂ ਦੇ ਜਾਓ ਸਾਧ ਸੰਗਤ ਜੀ ਉਹ 100 150 ਸਾਲ ਖੜਾਵਾਂ ਗੁਰੂ ਨਾਨਕ ਸਾਹਿਬ ਦੀਆਂ ਮੱਕੇ ਰਹੀਆਂ ਨੇ ਉਹ ਮਗਰੋਂ ਕਟੜਵਾਦੀ ਜਿਹੜੇ ਹੁੰਦੇ ਨੇ ਫਿਰ ਉਹ ਕਈ ਕੁਛ ਕਰਦੇ ਨੇ 100 150 ਸਾਲ ਖੜਾਵਾਂ ਮੱਕੇ ਰਹੀਆਂ ਲੋਕ ਚੁੰਮ ਚੁੰਮ ਕੇ ਮੱਥੇ ਲਾਉਂਦੇ ਰਹੇ ਉਹ ਜਿੰਨੇ ਹੱਜ ਕਰਨ ਜਾਂਦੇ ਸਨ ਉਹ ਵੇਂਦੇ ਉਹ ਨਾਲ ਸੰਗੇ ਅਸਵਧ ਚੁੰਮਦੇ ਨੇ ਉੱਤੇ ਕਿਸੇ ਜ਼ਮਾਨੇ ਗੁਰੂ ਨਾਨਕ ਸਾਹਿਬ ਜੀਆਂ ਖੜਾਵਾਂ ਵੀ ਚੁੰਮੀਆਂ ਜਾਂਦੀਆਂ ਰਹੀਆਂ ਨੇ ਮੱਕੇ ਦੇ ਵਿੱਚ ਤੇ ਮੇਰੇ ਹਜ਼ੂਰ ਨੇ ਕਿਸੇ ਨੂੰ ਤੱਕੇ ਨਾਲ ਨਹੀਂ ਨਿਵਾਇਆ ਪ੍ਰੇਮ ਨਾਲ ਗੜ ਬਗਦਾਦ ਨਿਵਾਇਕ ਹੈ ਮੱਕਾ ਮਦੀਨਾ ਸਭੈ ਨਿਵਾਇਆ ਸਿੱਧ 84 ਮੰਡਲੀ ਖੱਟ ਦਰਸ਼ਨ ਪਖੰਡ ਜਣਾਇਆ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਮੂੰਹ ਤੇ ਉਹਨਾਂ ਨੂੰ ਕਿਹਾ ਤੁਸੀਂ ਪਖੰਡ ਕਰਦੇ ਪਏ ਹੋ ਫਿਰ ਉਹ ਮੰਨੇ ਨੇ ਤੇ ਉਹਨਾਂ ਨੇ ਕਿਹਾ ਸਿੱਧ ਬੋਲਣ ਸੋਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧਾ ਨੇ ਕਿਹਾ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਤੀ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫੇਰਾਇਆ ਦੇਵ ਦਾਨੋ ਰਾਖਸ਼ ਦਾਇਤ ਸਭ ਚਿੱਤ ਗੁਪਤ ਸਭ ਚਰਣੀ ਲਾਇਆ ਇੰਦਰਾਸਣ ਆਪਸਰਾ ਰਾਗ ਰਾਗਨੀ ਮੰਗਲ ਗਾਇਆ ਭਇਆ ਆਨੰਦ ਜਗਤ ਵਿੱਚ ਕਲ ਤਾਰਣ ਗੁਰੂ ਨਾਨਕ ਆਇਆ ਭਇਆ ਆਨੰਦ ਜਗਤ ਵਿੱਚ ਜਗਤ ਵਿੱਚ ਆਨੰਦੀ ਆਨੰਦ ਹੋਇਆ ਗੁਰੂ ਨਾਨਕ ਆਇਆ ਜੀ ਦੇ ਹਿਰਦੇ ਵਿੱਚ ਗੁਰੂ ਨਾਨਕ ਆਗੈ ਉਹਦਾ ਹਿਰਦਾ ਆਨੰਦ ਆਨੰਦ ਦੇ ਨਾਲ ਭਰ ਗਿਆ ਜੀ ਦੇ ਘਰ ਵਿੱਚ ਗੁਰੂ ਨਾਨਕ ਦੇ ਬਚਨਾਂ ਦਾ ਵਾਸਾ ਗੁਰੂ ਨਾਨਕ ਦਾ ਵਾਸਾ ਹੋ ਗਿਆ ਉਹਦਾ ਅੰਦਰ ਖੇੜੇ ਨਾਲ ਭਰ ਗਿਆ ਇੱਕ ਜ਼ਰੂਰੀ ਬੇਨਤੀ ਆਪ ਜੀ ਦੇ ਸਨਮੁਖ ਜ਼ਰੂਰ ਇਹ ਕਰੀਏ ਅਸੀਂ ਗੁਰੂ ਨਾਨਕ ਇੱਕ ਨਹੀਂ ਰਹਿਣ ਦਿੱਤਾ ਜੀ ਅਸੀਂ ਗੁਰੂ ਨਾਨਕ ਬਣਾ ਲੈਨੇ ਦੋ ਧਿਆਨ ਦੇਣਾ ਸਾਧ ਸੰਗਤ ਜੀ ਗੁਰੂ ਨਾਨਕ ਬਣਾ ਲੈਨੇ ਅਸੀਂ ਦੋ ਇੱਕ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਗ੍ਰੰਥ ਸਾਹਿਬਹ ਮਹਾਰਾਜੀ ਸ਼ਬਦ ਗੁਰੂ ਜੀ ਜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹੋਣ ਤੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਪਏਗਾ ਇਹ ਗੁਰੂ ਨਾਨਕ ਦੇ ਦਰਸ਼ਨ ਨੇ ਪਰ ਅਸੀਂ ਆਪਣੀ ਸਹੂਲਤ ਲਈ ਇੱਕ ਗੁਰੂ ਨਾਨਕ ਹੋਰ ਬਣਾ ਲੈ ਸਾਧ ਸੰਗਤ ਜੀ ਜੋ ਸਵੇਰੇ ਸਵੇਰੇ ਅਰਗਬਤੀ ਲੈ ਕੇ ਨਹੀਂ ਫੋਟੋ ਦੇ ਦਿਵਾਲੇ ਦਿਵਾਲੇ ਦਿਖਾਉਂਦੇ ਉਹ ਫੋਟੋ ਹੈ ਨਾ ਜਿਹੜੀ ਉਹ ਸਾਡੀ ਸਹੂਲਤ ਹੈ ਕਿ ਉਹ ਫੋਟੋ ਦੇ ਮਹਾਰਾਜ ਜੀ ਦਾ ਹੱਥ ਆਸ਼ੀਰਵਾਦ ਵਾਲਾ ਸਿੱਧਾ ਹੀ ਰਹਿਣਾ। ਉਥੇ ਭਾਵੇਂ ਕੋ ਤੁਰਨ ਲੱਗਾ ਕਵੇ ਵੀ ਬਾਬਾ ਜੀ ਮੈਂ ਚੱਲਿਆ ਚੋਰੀ ਕਰਨ ਜੇ ਕਾਮਯਾਬੀ ਹੋ ਗਈ ਤੇ ਅਧੋ ਅਧੋ ਉਹ ਹੱਥ ਇਦਾਂ ਹੀ ਰਹਿਣਾ। ਉਹ ਬਾਬਾ ਜੀ ਨੇ ਨਾ ਸਾਨੂੰ ਰੋਕਣਾ, ਨਾ ਸਾਨੂੰ ਝਿੜਕਣਾ ਤੇ ਉਹ ਬਾਬਾ ਜੀ ਸਾਨੂੰ ਵਾਰਾ ਖਾਂਦੇ ਨੇ। ਇਨਸਾਨ ਦੀ ਜੇਨੀਅਤ ਪਤਾ ਕੀ ਹੈ, ਮਾਨਸਿਕਤਾ। ਉਹ ਕਹਿੰਦਾ ਗੁਰੂ ਜੀ ਆਸ਼ੀਰਵਾਦ ਦਿਓ, ਉਪਦੇਸ਼ ਨਾ ਦਿਓ। ਉਪਦੇਸ਼ ਨਾ ਦਿਓ ਆਸ਼ੀਰਵਾਦ ਦਿਓ ਜਪਜੀਤ ਸਾਹਿਬ ਵਾਲੇ ਬਾਬਾ ਜੀ ਤਾਂ ਉਪਦੇਸ਼ ਦਿੰਦੇ ਨੇ ਇਸ ਲਈ ਥੋੜੀ ਜਿਹੀ ਦੂਰੀ ਬਣਾ ਲਓ ਤੇ ਫੋਟੋ ਵਾਲੇ ਬਾਬਾ ਜੀ ਉਹ ਤੇ ਕੱਲਾ ਆਸ਼ੀਰਵਾਦ ਹੀ ਦਿੰਦੇ ਨੇ ਇੱਥੇ ਕੰਮ ਠੀਕ ਹੈ ਉਹ ਸਾਖੀ ਆਉਂਦੀ ਹੈ ਨਾ ਭਾਈ ਸੁਥਰੇ ਸ਼ਾਹ ਜੀ ਦੀ ਕੀਰਤਨ ਹੋ ਰਿਹਾ ਹੈ ਤੇ ਭਾਈ ਸੁਥਰਾ ਅੰਦਰ ਆਇਆ ਤੇ ਆ ਕੇ ਰਾਗੀ ਸਿੰਘਾਂ ਦੇ ਐਨ ਸਾਹਮਣੇ ਅੱਗੇ ਹੋ ਕੇ ਦੇ ਪੇਠ ਕਰਕੇ ਬਹਿ ਗਿਆ ਸੰਗਤ ਵਿੱਚੋਂ ਕੁਝ ਗੁਰਮੁਖਾਂ ਨੇ ਉੱਠ ਕੇ ਕਿਹਾ ਭਾਈ ਸੁਥਰਾ ਇਹ ਕੀ ਕਰੀ ਜਾਂਦਾ ਹੈ ਰਾਗੀ ਸਿੰਘਾਂ ਵੱਲ ਪੇਠਣਾ ਕਰ ਉਹ ਬਾਣੀ ਪੜਦੇ ਸ਼ਬਦ ਪੜਦੇ ਨੇ ਉਹਨਾਂ ਵੱਲ ਮੂੰਹ ਕਰ ਉਹਨੇ ਕਿਹਾ ਤੁਹਾਨੂੰ ਕੀ ਹੁੰਦਾ ਮੈਂ ਇਦਾਂ ਹੀ ਬਹਿਣਾ ਤਰੀਕਾ ਸੀ ਉਹਨਾਂ ਦਾ ਉਹਨਾਂ ਨੇ ਦੋ ਤਿੰਨ ਵਾਰਾਂ ਕਿਹਾ ਫੇਰ ਉਹ ਚਲੇ ਗਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਮਹਾਰਾਜ ਉਹ ਤੁਸੀਂ ਵਿਗਾੜਿਆ ਸੁਥਰਾ ਤੁਸੀਂ ਉਹਨੂੰ ਕੁਝ ਕਹਿੰਦੇ ਨਹੀਂ ਉਹ ਰਾਗੀ ਸਿੰਘਾਂ ਵੱਲ ਪੇਠ ਕਰਕੇ ਬਹਿ ਗਿਆ ਹਜ਼ੂਰ ਨੇ ਕਿਹਾ ਜਾਓ ਸਾਡੇ ਕੋਲ ਬੁਲਾ ਕੇ ਲਿਆਓ ਬੁਲਾ ਕੇ ਲਿਆਂਦਾ ਆ ਗਿਆ ਮਹਾਰਾਜ ਨੇ ਕਿਹਾ ਕਿਉਂ ਭਾਈ ਸੁਥਰਿਆ ਰਾਗੀ ਸਿੰਘਾਂ ਵੱਲ ਪੇਠ ਕਰਕੇ ਕਿਉਂ ਬੈਠਾ ਹੈ ਅੱਖ ਲੱਗਾ ਮਹਾਰਾਜ ਸੱਚੀ ਗੱਲ ਦੱਸਾਂ ਤੇ ਮੈਂ ਜਦੋਂ ਮੂੰਹ ਕਰਕੇ ਬੈਨਾ ਨਾ ਰਾਗੀ ਸਿੰਘਾਂ ਵੱਲ ਉਹ ਜਦੋਂ ਬਾਣੀ ਪੜ੍ਹਦੇ ਨੇ ਤੇ ਤੁਹਾਡੀ ਬਾਣੀ ਮੇਰੇ ਮੂੰਹ ਤੇ ਵੱਟ ਵੱਟ ਕੇ ਚਪੇੜਾ ਮਾਰਦੀ ਜੇ ਜੋ ਬਾਣੀ ਦਾ ਉਪਦੇਸ਼ ਹੈ ਨਾ ਚਪੇੜਾ ਮਾਰਦੀ ਜੇ ਬਾਣੀ ਵਟ ਵਟ ਕੇ ਮੇਰੇ ਮੂੰਹ ਤੇ ਇਸ ਲਈ ਮੈਂ ਪਿੱਠ ਕਰ ਲਈ ਤੇ ਸਿੱਖ ਲਾਗੋ ਕਹਿੰਦਾ ਅਸੀਂ ਵੀ ਤੇ ਸਾਰੇ ਬਈਨੇ ਆ ਐਹੀ ਤਾਂ ਗੱਲ ਸੀ ਇੱਥੇ ਤਾਂ ਲਿਆਉਣਾ ਸੀ ਉਹਨੇ ਆਖਣ ਲੱਗਾ ਮਹਾਰਾਜਾ ਸੰਗਤ ਸਾਰੀ ਟੀਠਾਂ ਦੀ ਜੇ ਐਡੇ ਟੀਠ ਹੋ ਗਏ ਨੇ ਤੁਹਾਡੇ ਸਿੱਖ ਨਾਲੇ ਤੇ ਰੋਜ਼ ਆ ਕੇ ਸਾਹਮਣੇ ਬੈੰਦੇ ਨੇ ਚਪੇੜਾਂ ਖਾਈ ਜਾਂਦੇ ਨੇ ਜਾਂ ਤਾਂ ਇਹ ਆਉਣੋਂ हट ਜਾਣ ਤੇ ਜਾਂ ਫਿਰ ਇਹ ਬਚਨ ਮੰਨਣ ਲੱਗ ਪੈਣ ਬਚਨ ਵੀ ਨਹੀਂ ਮੰਨਦੇ ਆਈ ਵੀ ਜਾਂਦੇ ਨੇ ਜਾਂ ਤਾਂ ਬਚਨ ਮੰਨ ਲੈਣ ਫਿਰ ਤੇ ਜਾਂ ਆਉਣੋਂ ੜ ਜਾਣ ਤਾਂ ਮਹਾਰਾਜ ਜੀ ਨੇ ਫਿਰ ਉਪਦੇਸ਼ ਦਿੱਤਾ ਸਿੱਖਾਂ ਨੂੰ ਭਾਈ ਗੁਰੂ ਕਹੋ ਸਿੱਖੋ ਜਦੋਂ ਬਾਣੀ ਸੁਣਦੇ ਆ ਨਾ ਤੇ ਬਾਣੀ ਵਾਕਏ ਸਾਨੂੰ ਝੰਡੋਰਦੀ ਐ ਆਨੰਦ ਸਾਹਿਬ ਜੀ ਪੜ੍ਹਦੇ ਹੋ ਨਾ ਪਹਿਲਾ ਮਹਾਰਾਜ ਜੀ ਕਿ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਏ ਮਨ ਚੰਚਲਾ પ્રેમ ਨਾਲ ਫਿਰ ਮਹਾਰਾਜੀ ਇੱਕ ਥਾਂ ਤੇ ਜਾ ਕੇ ਇਹ ਵੀ ਕਹਿੰਦੇ ਨੇ ਨਾ ਚੇਤਾਵਨੀ ਸ਼ਬਦ ਵੀ ਤੇ ਕਬੀਰ ਸਾਹਿਬ ਜੀ ਨੇ ਵਰਤਿਆ ਨਾ ਕਬੀਰ ਇਹ ਚੇਤਾਵਨੀ ਉਹ ਇਹ ਨਹੀਂ ਕਹਿੰਦੇ ਵੀ ਇਹ ਉਪਦੇਸ਼ ਆ ਕਹਿੰਦੇ ਚੇਤਾਵਨੀ ਹੈ ਛਿੜਕਦੇ ਵੀ ਨੇ ਤੋ ਇਸ ਕਰਕੇ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆਏ ਆ ਤੇ ਗੁਰੂ ਨਾਨਕ ਕਿਹੜੇ ਫੋਟੋ ਵਾਲੇ ਕਿ ਸ਼ਬਦ ਵਾਲੇ ਗੁਰੂ ਨਾਨਕ ਸਾਹਿਬ ਜੀ ਦਾ ਜੀ ਪ੍ਰਕਾਸ਼ ਗੁਰਪੁਰਬ ਮਨਾਉਂਦੇ ਆ ਖਾਲਸਾ ਜੀ ਪ੍ਰਕਾਸ਼ ਗੁਰਪੁਰਬ ਮਨਾਇਆ ਉਹ ਦਿਨ ਸਫਲਾ ਹੋਣਾ ਹੈ ਜਿੱਦਣ ਗੁਰੂ ਨਾਨਕ ਦੇ ਜਪਜੀ ਸਾਹਿਬ ਜੀ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਵੀ ਹੋ ਜਾਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਕਈ ਵਾਰੀ ਅਸੀਂ ਦੀਪਮਾਲਾ ਕਰਦੇ ਆਂ ਆਤਿਸ਼ਬਾਜੀ ਚਲਾਉਨੇ ਆਂ ਕਰੋ ਦੀਪਮਾਲਾ ਚਲਾਓ ਆਤਿਸ਼ਬਾਜੀ ਕੋਈ ਹਰਜ ਨਹੀਂ ਐ ਪਰ ਆਪਣੇ ਅੰਦਰ ਵੀ ਤੇ ਦੀਵਾ ਬਾਲੀਏ ਨਾ ਅੰਧਿਆਰ ਐ ਦੀਪਕ ਚਹੀਐ ਇੱਕ ਬਸਤ ਅਗੋਚਰ ਲਹੀਐ ਬਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ ਸਾਡੇ ਅੰਦਰ ਤਾਂ ਦੀਪਕ ਬਲੇ ਹੀ ਨਾ ਬਾਹਰ ਦੇ ਦੀਵੇ ਬਾਲ ਲਈਏ ਫਿਰ ਲਾਭ ਕੁਛ ਨਾ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਨੇ ਆ ਤੇ ਗੁਰੂ ਨਾਨਕ ਨੂੰ ਆਪਣਾ ਪਿਆਰਾ ਭਾਈ ਮਰਦਾਨਾ ਜੀ ਦਾ ਨਾਮ ਵੀ ਤੇ ਨਾਲ ਲੈਣਾ ਹੈ ਨਾ ਮੈਂ ਨਾ ਜੀ ਕਵਤਾਵਾਂ ਪੜੀਆਂ بڑے ਕਵੀ ਹੋਏ ਨੇ ਪਿਆਰੇ ਸੰਤ ਰਾਮ ਉਦਾਸੀ ਬੜੀਆਂ ਕਮਾਲ ਦੀਆਂ ਕਵਤਾਵਾਂ ਨੇ ਇੱਕੋ ਸੁਣਦੇ ਹੁੰਨੇ ਨਾ ਗੁਰੂ ਅਰਜਨ ਦੇ ਮਹਾਰਾਜ ਜੀ ਤੇ ਸਾਈ ਮੀਆਂ ਮੀਰ ਜੀ ਦਾ ਸੰਵਾਦ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਸਾਈ ਮੀਆਂ ਮੀਰ ਨੂੰ ਜਦੋਂ ਦਰਬਾਰ ਸਾਹਿਬ ਦੀ ਨੀਂਹ ਰਖਾ ਰਹੇ ਨੇ ਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਤੇ ਬਚਨ ਕਰਦਿਆਂ ਨਾਲ ਇਹ ਵੀ ਬਚਨ ਉਹਦੀ ਕਵਿਤਾ ਦੇ ਵਿੱਚ ਆਇਆ ਹੈ ਕਿ ਠਾਰ ਬਣੇ ਜੁਝਾਰੂਆਂ ਜੋਧਿਆਂ ਦੀ ਲੋੜ ਪਵੇ ਚਮਕੌਰ ਦੀ ਗੜੀ ਹੋਵੇ ਇਹ ਕਵਿਤਾ ਉਹਨੇ ਲਿਖੀ ਸੀ 7072 ਦੇ ਵਿੱਚ 197072 ਦੇ ਵਿੱਚ ਉਹਨੂੰ ਕੀ ਪਤਾ ਸੀ ਕਿ ਦਸਾਂ 12 ਸਾਲਾਂ ਬਾਅਦ ਇਹ ਬਚਨ ਸੱਚੇ ਹੋ ਜਾਣੇ ਨੇ ਠਾਹਰ ਬਣੇ ਜੁਝਾਰੂਆਂ ਯੋਧਿਆਂ ਦੀ ਲੋੜ ਪਵੇ ਚਮਕੌਰ ਦੀ ਗੜੀ ਹੋਵੇ ਦਰਬਾਰ ਸਾਹਿਬ ਨੂੰ ਕਹਿ ਰਿਹਾ ਫਿਰ ਇੱਕ ਕਵਤਾ ਉਹਨਾਂ ਦੀ ਜਿਹੜਾ ਆਮ ਆਪਾਂ ਸੁਣਦੇ ਆ ਨਾ ਬਾਪੂ ਦੇਖਦਾ ਰਹੀ ਤੂੰ ਬੈਠ ਕੰਡੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਉਹ ਜਿਹੜੀ ਕਵਤਾ ਹੈ ਨਾ ਬੜੀ ਵੀਰ ਰਸ ਭਰਪੂਰ ਉਹ ਸੰਤਰਾਮੂ ਦਾਸੀ ਦੀ ਹੈ ਤੇ ਉਹਨੇ ਇੱਕ ਗਿਲਾ ਵੀ ਕੀਤਾ ਜੇ ਆਪਣੀਆਂ ਕਵਤਾਵਾਂ ਦੇ ਵਿੱਚ ਜਦੋਂ 500 ਸਾਲਾ ਸੀ ਨਾ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਸਾਧ ਸੰਗਤ ਜੀ ਉਸ ਵੇਲੇ ਉਹਨੇ ਕਵਤਾ ਲਿਖੀ ਤੇ ਉਹਦੇ ਵਿੱਚ ਉਹਨੇ ਕਿਹਾ ਪਾਤਰ ਕੀ ਰਚਿਆ ਉਹਨੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਤੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਭਾਈ ਮਰਦਾਨੇ ਨੂੰ ਉਲਾਮਾ ਦੇ ਰਹੀ ਹੈ ਤੇ ਕਹਿ ਰਹੀ ਹੈ ਮਰਦਾਨਿਆਂ ਸਾਰੀ ਉਮਰ ਤੂੰ ਗੁਰੂ ਨਾਨਕ ਦੇ ਨਾਲ ਰਿਓ ਤੇ 500 ਸਾਲੇ ਤੇ ਤੇਰਾ ਕਿਸੇ ਨੇ ਨਾ ਹੀ ਨਹੀਂ ਲਿਆ ਸੱਚਮੁੱਚ ਇਹ ਉਲਾਮਾ ਐ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਆਵੇ ਤੇ ਭਾਈ ਮਰਦਾਨਾ ਜੀ ਦਾ ਨਾਲ ਜ਼ਿਕਰ ਨਾ ਆਵੇ ਇਹ ਤਾਂ ਵਾਕਿਆ ਸਾਡੇ ਲਈ ਪਾਪ ਐ ਅਵੱਗਿਆ ਐ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਵਰਣਨ ਆਉਂਦਾ ਨਾ ਸੱਚਮੁੱਚ ਦੁਨੀਆ ਤੇ ਕੇਵਲ ਇੱਕ ਉਹ ਮਹਾਨ ਹਸਤੀ ਹੋਈ ਜੀ ਜਿਹਦੇ ਕੋਲੇ ਅਧਿਕਾਰ ਹੈ ਤੇ ਉਹਨੇ ਅਧਿਕਾਰ ਵਰਤਿਆ ਵੀ ਤੇ ਉਹਨੇ ਕਹਿ ਦਿੱਤਾ ਸੀ ਗੁਰੂ ਨਾਨਕ ਨੂੰ ਕਿ ਚੰਗਾ ਫਿਰ ਮਹਾਰਾਜ ਮੇਰੀ ਤੁਹਾਡੇ ਨਾਲ ਨਹੀਂ ਜੇ ਨਿਬਦੀ ਮੈਂ ਚੱਲਿਆਂ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਮਰਦਾਨਿਆਂ ਤੇਰੇ ਬਿਨਾ ਸਾਡਾ ਸਰਨਾ ਹੀ ਨਹੀਂ ਗੱਜ ਕੇ ਆਖੋ ਸਤਨਾਮ ਗੁਰੂ ਵੀ ਕਿਸੇ ਨੂੰ ਕਹੇਗਾ ਵੀ ਤੇਰੇ ਬਿਨਾ ਮੇਰਾ ਸਰਨਾ ਨਹੀਂ ਗੁਰੂਤਰੀ ਕਿਸੇ ਨੂੰ ਕਹਿੰਦਾ ਵੀ ਤੇਰੇ ਬਿਨਾ ਮੇਰਾ ਸਰਨਾ ਨਹੀਂ ਧੰਨ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਕਹਿੰਦੇ ਨੇ ਮੈਂ ਚੱਲਿਆ ਮੇਰੀ ਨਹੀਂ ਨਿਭਣੀ ਤੇ ਮਹਾਰਾਜ ਕਹਿੰਦੇ ਨੇ ਤੇਰੇ ਬਿਨਾ ਸਰਨਾ ਨਹੀਂ ਸਾਡਾ ਤੇ ਹਜੂਰ ਕਹਿੰਦੇ ਨੇ ਮਰਦਾਨਿਆਂ ਚੱਲਿਆ ਕਿਉਂ ਐ ਆਖਣ ਲੱਗੇ ਮਹਾਰਾਜ ਗੱਲ ਇਹ ਐ ਤੁਸੀਂ ਰਹਿੰਦੇ ਹੋ ਸ਼ਬਦ ਦੇ ਆਸਰੇ ਸ਼ਬਦ ਹੀ ਤੁਹਾਡਾ ਆਹਾਰ ਐ ਨਾ ਤੁਹਾਨੂੰ ਭੁੱਖ ਲੱਗੇ ਨਾ ਤੁਹਾਨੂੰ ਤੇਹ ਲੱਗੇ ਨਾ ਤੁਹਾਨੂੰ ਥਕਾਵਟ ਹੋਵੇ ਨਾ ਤੁਹਾਨੂੰ ਨੀਂਦ ਆਵੇ ਤੇ ਮੈਨੂੰ ਭੁੱਖ ਕਿਉਂ ਲੱਗਦੀ ਹੈ ਮੈਨੂੰ ਨੀਂਦ ਕਿਉਂ ਆਉਂਦੀ ਹੈ ਮੈਨੂੰ ਤੇਹ ਕਿਉਂ ਲੱਗਦੀ ਹੈ ਮੈਂ ਥੱਕ ਕਿਉਂ ਜਾਣਾ ਵਾਂ ਜਾਂ ਤਾਂ ਮੈਨੂੰ ਵੀ ਕਰੋ ਆਪਣੇ ਵਰਗਾ ਤੇ ਜਾਂ ਫਿਰ ਦੇ ਦਿਓ ਇਹ ਛੁੱਟੀਆਂ ਇਦਾਂ ਨਹੀਂ ਨਿਬਿਆ ਜਾਣਾ ਤੁਸੀਂ ਤੇ ਲਾ ਲੀਂਦੇ ਹੋ ਸਮਾਦੀ ਤੇ ਮੈਨੂੰ ਰਬਾਬ ਵਜਾਉਂਦੇ ਵਜਾਉਂਦੇ ਨੂੰ ਇਧਰ ਥਕਾਵਟ ਹੋ ਜਾਂਦੀ ਆ ਨੀਂਦ ਜੋਰ ਪਾ ਲੈਂਦੀ ਆ ਤੇ ਲੱਗ ਜਾਂਦੀ ਆ ਭੁੱਖ ਲੱਗ ਜਾਂਦੀ ਆ ਮੈਂ ਵੇਨਾ ਵੀ ਬਾਬਾ ਜੀ ਕਦੋਂ ਨੇਤਰ ਖੋਲਣ ਤੇ ਮੈਂ ਆਗਿਆ ਲਵਾਂ ਵੀ ਬਾਬਾ ਜੀ ਮੈਂ ਪਾਣੀ ਪੀਣ ਜਾਣਾ ਬਾਬਾ ਜੀ ਜਾਂ ਤਾਂ ਆਪਣੇ ਵਰਗਾ ਕਰੋ ਨਹੀਂ ਤੇ ਛੁੱਟੀਆਂ ਦਿਓ ਤੇ ਮਹਾਰਾਜ ਜੀ ਕਹਿੰਦੇ ਨੇ ਮਰਦਾਨਿਆਂ ਤੇਰੀ ਭੁੱਖ ਇਸ ਲਈ ਐ ਤੈਨੂੰ ਭੁੱਖ ਨਾ ਲੱਗੇ ਤੇ ਮਰਦਾਨਿਆਂ ਔਰ ਜਿਹੜੇ ਸਦਾ ਲਈ ਤ੍ਰਿਪਤ ਹੁੰਦੇ ਨੇ ਫਿਰ ਉਹ ਕਿਦਾਂ ਤ੍ਰਿਪਤ ਹੋਣਗੇ ਜੇ ਤੈਨੂੰ ਤੇ ਨਾ ਲੱਗੇ ਤੇ ਵਲੀ ਕੰਧਾਰੀ ਦੇ ਪਹਾੜ ਤੇ ਬੈਠਾ ਰਹਿ ਜਾ ਫਿਰ ਵਲੀ ਕੰਧਾਰੀ ਥੱਲੇ ਉਤਰੇ ਹੀ ਨਾ ਮਰਦਾਨਿਆਂ ਜੇ ਤੈਨੂੰ ਨੀਂਦ ਨਾ ਆਵੇ ਤੇ ਨੂਰ ਸ਼ਾ ਜਾਦੂਗਰਨੀ ਜਾਦੂਗਰਨੀ ਰਹਿ ਜਾ ਉਹਦਾ ਪਾਰ ਉਤਾਰਾ ਕਿਵੇਂ ਹੋਵੇ ਮਰਦਾਨਿਆਂ ਜੇ ਤੈਨੂੰ ਭੁੱਖ ਨਾ ਲੱਗੇ ਤੇ ਕੌਡਾ ਰਾਖਸ਼ ਫਿਰ ਕੌਡਾ ਹੀ ਰਹਿ ਜਾ ਨਾ ਭਾਈ ਕੌਡਾ ਤਾਂ ਨਾ ਨਾ ਬਣੇ ਤੇ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਬੜੀ ਸੋਹਣੀ ਨਜ਼ਮ ਲਿਖੀ ਉਹਦੇ ਚ ਉਹਨਾਂ ਦੀ ਇਹ ਤੋਕ ਹੈ ਉਹ ਕਹਿੰਦੇ ਨੇ ਬਾਬੇ ਦਾ ਰਬਾਬੀ ਰੱਬ ਆਬ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗ ਤਾਰ ਨੇ ਮਹਾਨਾ ਸੀ ਨਾਮ ਮਰਦਾਨਾ ਹੈ ਤੇ ਬਾਨਾ ਸਾਰੇ ਸੰਸਾਰ ਦੇ ਪਾਰ ਲੰਗਾਉਣ ਦਾ ਭਾਈ ਮਰਦਾਨੇ ਨੂੰ ਭੁੱਖ ਲੱਗ ਜਾਂਦੀ ਹੈ ਤੇ ਕੌਡੇ ਰਾਖਸ਼ ਦੇ ਹੱਥ ਚੜ ਜਾਂਦਾ ਹੈ ਕਉਡੇ ਰਾਖਸ਼ ਦਾ ਉਧਾਰ ਹੋਣਾ ਸੀ ਨਾ ਭਾਈ ਮਰਦਾਨੇ ਨੂੰ ਤੇ ਲੱਗਦੀ ਐ ਕਿਉਂਕਿ ਸਿਰ ਤੇ ਬੈਠਾ ਬਾੜ ਤੇ ਵਲੀ ਕੰਧਾਰੀ ਉਹਦਾ ਹੰਕਾਰ ਦੂਰ ਕਰਨਾ ਸੀ ਨਾ ਉਸ ਦਿਨ ਫਿਰ ਭਾਈ ਮਰਦਾਨੇ ਨੇ ਕਿਹਾ ਨਹੀਂ ਮਹਾਰਾਜ ਬਹਾਨੇ ਤੁਸੀਂ ਹੋਰ ਸੌ ਬਣਾ ਲਓ ਪਰ ਕਿਰਪਾ ਕਰੋ ਮੈਨੂੰ ਆਪਣੇ ਵਰਗਾ ਕਰੋ ਮੈਨੂੰ ਵੀ ਕੋਈ ਆਨੰਦ ਮੈਨੂੰ ਵੀ ਕੋਈ ਖੇੜਾ ਉਹ ਜਿਹੜਾ ਵਿਖਾਓ ਤੇ ਮੇਰੇ ਹਜੂਰ ਨੇ ਫਿਰ ਭਾਈ ਮਰਦਾਨਾ ਜੀ ਨੂੰ ਕਿਰਪਾ ਕਰਕੇ ਉਸ ਪਰਮ ਅਵਸਥਾ ਦੇ ਵਿੱਚ ਪਚਾਇਆ ਭਾਈ ਮਰਦਾਨਾ ਜੀ ਆਖਰੀ ਜਿਹੜਾ ਸਮਾ ਹੈ ਨਾ ਵੇਖੋ ਕਿੰਡੀ ਪਿਆਰੀ ਗੱਲ ਲਿਖੀ ਹੈ ਕਿਸੇ ਵਿਦਵਾਨ ਨੇ ਉਹ ਕਹਿੰਦੇ ਗੁਰੂ ਨਾਨਕ ਦਾ ਭਾਈ ਮਰਦਾਨੇ ਨਾਲ ਕਿੰਨਾ ਕੁ ਜ਼ਿਆਦਾ ਪਿਆਰ ਹੈ ਜਦੋਂ ਭਾਈ ਮਰਦਾਨਾ ਜੀ ਸੱਚਖੰਡ ਪਿਆਣਾ ਕਰ ਗਏ ਤੇ ਉਸ ਤੋਂ ਬਾਅਦ ਵਿਖਾਓ ਵੀ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਗਏ ਨੇ ਫਿਰ ਫਿਰ ਉਦਾਸੀਆਂ ਤੇ ਨਹੀਂ ਗਏ ਫਿਰ ਇੱਕੋ ਹੀ ਫੇਰਾ ਸੀ ਆਪ ਜੀ ਦਾ ਮੁਲਤਾਨ ਤੱਕ ਮੁਲਤਾਨ ਤੇ ਪੰਜਾਬ ਦੇ ਵਿੱਚ ਹੀ ਆ ਗਿਆ ਨਾ ਪੁਰਾਣਾ ਪੰਜਾਬ ਹੈ ਮੁਲਤਾਨ ਵਿੱਚ ਹੀ ਆ ਗਿਆ ਪਰ ਮਹਾਰਾਜ ਮੁੜ ਕੇ ਉਦਾਸੀਆਂ ਨੂੰ ਨਹੀਂ ਕਿਸੇ ਬੰਨੇ ਗਏ ਧੰਨ ਹੈ ਭਾਈ ਮਰਦਾਨਾ ਤੇ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਪ੍ਰੇਮੀ ਸਾਰੇ ਗੁਰਸਿੱਖਾਂ ਦਾ ਵੀ ਆਪਾਂ ਧਿਆਨ ਧਰ ਲਈਏ ਸਾਰਿਆਂ ਮਹਾਂਪੁਰਖਾਂ ਦਾ ਧਿਆਨ ਧਰ ਲਈਏ ਧੰਨ ਭਾਈ ਮਰਦਾਨਾ ਜੀ ਧੰਨ ਭਾਈ ਬਾਲਾ ਜੀ ਧੰਨ ਐ ਰਾਇ ਬੁਲਾਰ ਧੰਨ ਐ ਦੌਲਤ ਖਾਨ ਲੋਧੀ ਤੇ ਉਹ ਬਚਨ ਯਾਦ ਆਇਆ ਇੱਕ ਦਿਨ ਬੇਬੇ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਬੈਠੇ ਨੇ ਬੇਬੇ ਨਾਨਕੀ ਜੀ ਪ੍ਰਸ਼ਾਦਾ ਸ਼ਿਕਾਉਂਦੇ ਨੇ ਭਾਈਆ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਭਾਈਆ ਜੀ ਨਾ ਬੁਰਕੀ ਰੱਖ ਕੇ ਤੇ ਕਹਿੰਦੇ ਨੇ ਨਾਨਕੀ ਤੂੰ ਧੰ ਹੈ ਤੂੰ ਧੰ ਹੈ ਕਿਉਂਕਿ ਤੂੰ ਗੁਰੂ ਨਾਨਕ ਦੀ ਭੈਣ ਹੈ ਜਦੋਂ ਮਹਾਰਾਜੀ ਸੁਲਤਾਨਪੁਰੋਂ ਚਲੇ ਗਏ ਨੇ ਉਸ ਵੇਲੇ ਤੱਕ ਸਾਰਾ ਸੁਲਤਾਨਪੁਰ ਹੀ ਗੁਰੂ ਸਾਹਿਬ ਦਾ ਮੁਰੀਦ ਹੋ ਗਿਆ ਸੀ ਧੰ ਹੈ ਤੂੰ ਨਾਨਕੀ ਤੂੰ ਗੁਰੂ ਨਾਨਕ ਦੀ ਭੈਣ ਹੈ ਤੇ ਫਿਰ ਕਹਿੰਦੇ ਨੇ ਨਾਨਕੀ ਤੇਰੇ ਪੈਰਾਂ ਪਿੱਛੇ ਥੋੜੇ ਥੋੜੇ ਅਸੀਂ ਵੀ ਧੰਨਾ ਕਿਉਂਕਿ ਤੇਰੇ ਨਾਲ ਸਬੰਧ ਹੋਣ ਕਰਕੇ ਅਸੀਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨੇੜੇ ਹੋ ਗਏ ਆ ਤੇ ਆਪਾਂ ਵੀ ਕਹੀਏ ਕਿ ਧੰਨ ਸਤਿਗੁਰੂ ਜੀ ਆਪ ਤੇ ਧੰਨ ਆਪ ਦੇ ਗੁਰੂ ਕੇ ਸਿੱਖ ਤੇ ਸਤਿਗੁਰੂ ਜੀ ਅਸੀਂ ਵੀ ਧੰਨ ਹੋ ਗਏ ਜਦੋਂ ਤੁਸੀਂ ਕਿਰਪਾ ਕਰਕੇ ਸਾਨੂੰ ਗਰੀਬਾਂ ਨੂੰ ਵੀ ਆਪਣੀ ਬੁੱਕਲ ਦੇ ਵਿੱਚ ਲੈ ਲਿਆ ਆਪਣੀ ਚਰਨਾਂ ਦੇ ਵਿੱਚ ਥਾਂ ਦੇ ਦਿੱਤੀ ਔਨ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜੁੜੇ ਹੋ ਨਾ ਤੇ ਜੇ ਆਪਾਂ ਗੁਰੂ ਨਾਨਕ ਦੇ ਚਰਨਾਂ ਦਾ ਹਾਜ਼ਰ ਨਾਜ਼ਰ ਸਤਿਗੁਰੂ ਜੀ ਦਾ ਧਿਆਨ ਧਰ ਲਈਏ ਜੀਵਨ ਬਦਲ ਜਾਏ ਫਿਰ ਤਾਂ ਜੀਵਨ ਬਦਲ ਜਾਏ ਪਰ ਮਾਫ਼ ਕਰਨਾ ਅਸੀਂ ਏਡੇ ਵੱਡੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਵੀ ਸੂਈ ਉੱਥੇ ਖਲੋਤੀ ਹੈ ਭਈ ਪੁੱਤਰ ਦੇ ਦਿਓ ਧੀ ਦੇ ਦਿਓ ਕਾਰੋਬਾਰ ਚੱਲ ਪਵੇ ਬਾਹਰ ਦਾ ਵੀਜ਼ਾ ਲੱਗ ਜਾਏ ਕਾਕੇ ਦੇ 6 ਬੈਂਡ ਆ ਜਾਣ ਈਦੋਂ ਗਾਂ ਨਹੀਂ ਜਾਇਆ ਜਾ ਰਿਹਾ ਸਾਡੇ ਕੋਲੋਂ ਏਵੀ ਜਰੂਰੀ ਐ ਮੈਂ ਨਹੀਂ ਕਹਿੰਦਾ ਵੀ ਨਾ ਮੰਗੋ ਇਹ ਮੰਗਣਾ ਐ ਮੈਂ ਵੀ ਮੰਗਣਾ ਐ ਤੁਸਾਂ ਵੀ ਮੰਗਣਾ ਐ ਪਰ ਇਹ ਤੋਂ ਅੱਗੇ ਵੀ ਤੇ ਵਧਿਏ ਨਾ ਉਹ ਬਚਨ ਜਿਹੜਾ ਐ ਨਾ ਕਬੀਰ ਸਾਹਿਬ ਜੀ ਦਾ ਭਗਤ ਕਬੀਰ ਜੀ ਨੇ ਬੜੀ ਪਿਆਰੀ ਉਹਦੇ ਵਿੱਚ ਉਦਾਹਰਣ ਦਿੱਤੀ ਐ ਆਪ ਜਿਹੜੇ ਸਿਆਣੇ ਬਜ਼ੁਰਗ ਬੈਠੇ ਹੋ ਆਪ ਜੀ ਨੂੰ ਤੇ ਪਤਾ ਐ ਜਿਹੜੀ ਆ ਮੇਰੇ ਵਾਲੀ ਪੀੜ੍ਹੀ ਆ ਇਹਨਾਂ ਨੂੰ ਸ਼ਾਇਦ ਪਤਾ ਹੋਵੇ ਜਿਹੜੇ ਗਾਂਵ ਵਾਲੇ ਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸਾਧ ਸੰਗਤ ਜੀ ਉਹ ਆ ਬਜ਼ੁਰਗ ਬੈਠੇ ਹੋ ਚੇਤਾ ਕਰੋ ਵੀ ਜਦੋਂ ਹੱਟੀ ਤੇ ਸੌਦਾ ਲੈਣ ਘੱਲ ਦੀ ਸੀ ਮਾਂ ਤੇ ਉਹ ਬੱਚਾ ਭੱਜ ਜਾਂਦਾ ਸੀ ਕਿਉਂ ਉਹਨੂੰ ਪਤਾ ਹੁੰਦਾ ਸੀ ਵੀ ਉਹਦੇ ਝੂੰਗਾ ਮਿਲਣਾ ਤੇ ਨਿਆਣਾ ਭੱਜ ਜਾਂਦਾ ਸੀ ਸੌਦਾ ਲੈਣ ਤੇ ਸੌਦਾ ਲੈਣਾ ਝੂੰਗਾ ਲੈਣਾ ਝੂੰਗਾ ਖਾਂਦੇ ਖਾਂਦੇ ਆ ਜਾਣਾ ਘਰ ਆਉਣ ਤੱਕ ਬਚਦਾ ਸੀ ਝੂੰਗਾ ਔਰ ਆਜੀ ਖਾਦਾ ਜਾਂਦਾ ਸੀ ਨਾ ਸਾਰਾ ਪਰ ਉੱਥੇ ਕਈ ਵਾਰਾਂ ਕੁੱਟ ਵੀ ਪੈਂਦੀ ਹੁੰਦੀ ਸੀ ਕਰੋ ਚੇਤਾ ਉਹ ਕੀ ਹੁੰਦਾ ਸੀ ਕਿ ਬੱਚਾ ਦੁਕਾਨ ਤੇ ਗਿਆ ਉਹਦਾ ਧਿਆਨ ਤੇ ਸਾਰਾ ਝੂੰਗੇ ਚ ਹੈ ਉਹ ਝੂੰਗਾ ਲੈ ਕੇ ਤੇ ਸੌਦਾ ਭਲਾ ਹੀ ਆਉਂਦਾ ਸੀ ਤੇ ਝੂੰਗਾ ਖਾਂਦਾ ਖਾਂਦਾ ਘਰ ਆ ਜਾਂਦਾ ਸੀ ਫੇ ਮਾਂ ਪੁੱਛਦੀ ਸੌਦਾ ਉਹ ਆਂਦਾ ਤੇ ਚੇਤਾ ਭੁੱਲ ਗਿਆ ਫੇਰ ਕੁੱਟ ਪੈਂਦੀ ਹੁੰਦੀ ਸੀ ਚੱਲ ਹਣ ਸੌਦਾ ਲੈ ਕੇ ਆ ਇਹ ਕਹਾਣੀ ਸਾਰੇ ਜੀਵਾਂ ਦੀ ਹੈ ਜਿੰਨੇ ਆਪਾਂ ਜੁੜੇ ਆ ਨਾ ਸਾਰਾ ਸੰਸਾਰ ਹੀ ਸਾਰਾ ਸੰਸਾਰ ਕਬੀਰ ਸਾਹਿਬ ਜੀ ਕਹਿੰਦੇ ਨੇ ਭਲਿਆ ਮਾਨਸਾ ਅਸਲ ਸੌਦਾ ਜਿਹੜਾ ਹੈ ਉਹ ਹੈ ਨਾਮ ਤੇ ਆ ਜਿਹੜੀ ਕੋਠੀ ਹੈ ਕਾਰ ਹੈ ਜ਼ਮੀਨ ਹੈ ਕੱਪੜੇ ਨੇ ਖਾਣਾ ਪੀਣਾ ਹੈ ਬਾਹਰ ਦੀਆਂ ਸੈਰਾਂ ਨੇ ਡਾਲਰ ਨੇ ਪਾਉਂਡ ਨੇ ਸੋਨਾ ਚਾਂਦੀ ਹੈ ਇਹ ਕੀ ਹੈ ਇਹ ਹੈ ਝੂंगा ਇਹ ਜੋ ਕੁਝ ਵੀ ਦੁਨੀਆਦਾਰੀ ਹੈ ਇਹ ਹੈ ਝੂंगा ਤੇ ਸੌਦਾ ਨਾਮ ਉਹ ਭਲਿਆ ਮਾਨਸਾ ਸੌਦਾ ਤੇ ਭੁੱਲ ਆਇਓ ਤੇ ਝੂੰਗਾ ਖਾਂਦਾ ਖਾਂਦਾ ਤੁਰ ਪਿਓ ਤੇ ਰਹਿਣਾ ਇਹ ਵੀ ਤੇਰੇ ਕੋਲ ਨਹੀਂ ਇਹ ਵੀ ਰਾਹ ਚ ਹੀ ਰਹਿ ਜਾਣਾ ਹੈ ਖਤਮ ਹੋ ਜਾਣਾ ਹੈ ਤੇ ਅੱਗੇ ਜਾ ਕੇ ਜਦੋਂ ਪੁੱਛਿਆ ਜਾਣਾ ਹੈ ਨਾ ਉਥੇ ਪੁੱਛ ਗਿਸ਼ ਵੀ ਤੇ ਹੋਣੀ ਆ ਨਾ ਚਲੋ ਸਤਾਬ ਦੀਵਾਨ ਬੁਲਾਇਆ ਤੇ ਜਦੋਂ ਅੰਦਰ ਗਏ ਤੇ ਉਹਦੇ ਪੁੱਛਣਾ ਕਿ ਆ ਤੈਂ ਖਟਿਆ ਕਹਾ ਗਵਾਇਆ ਫਿਰ ਉਹਤੇ ਕਵਾਂਗੇ ਗਵਾਇਆ ਹੀ ਗਵਾਇਆ ਜੀ ਖਟਿਆ ਦੇ ਕੁਛ ਵੀ ਨਹੀਂ ਸੌਦਾ ਕਿੱਥੇ ਐ ਉਹ ਜੀ ਉੱਥੇ ਹੀ ਰਹਿ ਗਿਆ ਉਹ ਤੇ ਲਿਆਂਦਾ ਹੀ ਨਹੀਂ ਸਾਧ ਸੰਗਤ ਜੀ ਕੋਈ ਗੁਰਮੁਖ ਪਿਆਰੇ ਵੱਡੇ ਅਹੁਦੇ ਤੋਂ ਰਟਾਇਰ ਹੋਏ ਤੇ ਉਹਨਾਂ ਨੇ ਕਿਹਾ ਜਦੋਂ ਬੰਦਾ ਰਟਾਇਰ ਹੋ ਜਾਂਦਾ ਨਾ ਕਿਸੇ ਵੱਡੇ ਅਹੁਦੇ ਤੋਂ ਇੱਕਦਮ ਦੁਨੀਆ ਬਦਲ ਜਾਂਦੀ ਐ ਇੱਕ ਦਿਨ ਪਹਿਲਾਂ ਸਾਰੀ ਦੁਨੀਆ ਸਲੂਟ ਮਾਰਦੀ ਸੀ ਅਗਲੇ ਦਿਨ ਲੋਕੀ ਪਰੇ ਹੋ ਕੇ ਲੰਘਣ ਲੱਗ ਪੈਂਦੇ ਨੇ ਤੇ ਮਨ 'ਚ ਖਿਆਲ ਆਇਆ ਅਜੇ ਤਾਂ ਬੰਦਾ ਨੌਕਰੀ ਤੋਂ ਰਿਟਾਇਰ ਹੀ ਹੋਇਆ ਹੈ ਅਜੇ ਤਾਂ ਜਿਉਂਦਾ ਹੈ ਚੰਗਾ ਭਲਾ ਹੈ ਤੇ ਜਰਾ ਸੋਚ ਕੇ ਵੇਖੋ ਜਦੋਂ ਸਿਵਿਆਂ ਵਿੱਚ ਚਲਾ ਜਾਂਦਾ ਉੱਥੇ ਕੀ ਫਰਕ ਰਹਿ ਜਾਂਦਾ ਇੱਕ ਮੰਗਤੇ ਦਾ ਤੇ ਇੱਕ ਪ੍ਰਧਾਨ ਮੰਤਰੀ ਦਾ ਵੀ ਕੀ ਫਰਕ ਰਹਿ ਜਾਂਦਾ ਉਹਦਾ ਝੂਂਗਾ ਹੀ ਸੀ ਨਾ ਗੱਡੀਆਂ ਦੇ ਵਿੱਚ ਜਹਾਜ਼ਾਂ ਦੇ ਵਿੱਚ ਹੁਕਮਣਾ ਸੋਨਾ ਚਾਂਦੀ ਘਰਬਾਰ ਸਭ ਝੂਂਗਾ ਹੈ ਅਸਲ ਸੌਦਾ ਹੈ ਨਾਮ ਦਾ ਸੌਦਾ ਤੇ ਜਿਹੜੇ ਮਹਾਂਪੁਰਖਾਂ ਦਾ ਅੱਜ ਸਾਧ ਸੰਗਤ ਜੀ ਆਗਮਨ ਦਿਹਾੜਾ ਹੈ ਉਹਨਾਂ ਮਹਾਂਪੁਰਖਾਂ ਨੂੰ ਪੁੱਛਿਆ ਗਿਆ ਸੀ ਭਗਤੀ ਕਿਵੇਂ ਕਰਦੇ ਹੋ ਦੁਨੀਆਦਾਰੀ ਦੇ ਕੰਮ ਵੀ ਤੇ ਕਰਨੇ ਨੇ ਤੇ ਕਹਿਣ ਲੱਗੇ ਸਜਣਾ ਵੇਖ ਮੇਰੇ ਵੱਲ ਕੀ ਕਰਦਾ ਪਿਆ ਕਹਿਣ ਲੱਗੇ ਜੀ ਕੈਂਚੀ ਤੁਹਾਡੇ ਕੋਲ ਹੈ ਗੱਜ ਤੁਹਾਡੇ ਹੱਥ ਹੈ ਕੱਪੜੇ ਕੱਟਦੇ ਪਏ ਹੋ ਕਹਿਣ ਲੱਗੇ ਤੈਨੂੰ ਇਹ ਕੈਂਚੀ ਆਮਦੀ ਦੀ ਹੈ ਤੈਨੂੰ ਇਹ ਗੱਜ ਆਮਦੀ ਦਾ ਹੈ ਮੈਂ ਤੈਨੂੰ ਦੱਸਾਂ ਮੈਂ ਭਗਤੀ ਕਿਵੇਂ ਕਰਨ ਲੱਗਾ ਆਖਣ ਲੱਗੇ ਮਨ ਮੇਰੋ ਗੱਜ ਗੱਜ ਜਿਹੜਾ ਮਿੰਨਤੀ ਕਰਨ ਵਾਲਾ ਮਨ ਮੇਰੋ ਗੱਜ ਜਿਹਵਾ ਮੇਰੀ ਕਾਤੀ ਮੱਪ ਮੱਪ ਕਾਟੋ ਜੰਮ ਕੀ ਫਾਸੀ ਕਹਿ ਲਗੇ ਮਨ ਨੂੰ ਬਣਾ ਲਿਆ ਗੱਜ ਜੀਭਾ ਨੂੰ ਬਣਾ ਲਿਆ ਕੈਂਚੀ ਤੇ ਮੈਂ ਮਿਣ ਮਿਣ ਕੇ ਮਿਣ ਮਿਣ ਕੇ ਜਦੋਂ ਜਪਦੇ ਆ ਨਾ ਉਹ ਆਪਾਂ ਵੀ ਜਪੀਏ ਵਾਹਿਗੁਰੂ 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 ਜਦੋਂ ਜਪਦੇ ਆ ਕੰਮਕਾਰ ਕਰਦੇ ਤੇ ਭਗਤ ਸਾਹਿਬ ਜੀ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਮੈਂ ਜਮਾਂ ਦੀ ਫਾਹੀ ਕੱਟੀ ਜਾਣਾ ਜੀਵਨ ਮੁਕਤੀ ਦੀ ਦਾਤ ਪ੍ਰਾਪਤ ਕਰਦਾ ਨਾਮ ਜਪ-ਜਪ ਕੇ ਹੱਥਾਂ ਦੇ ਨਾਲ ਕਿਰਤ ਕਰਨੀ ਹੈ ਤੇ ਮਨ ਦੇ ਨਾਲ ਨਾਮ ਜਪਣਾ ਹੈ ਤੇ ਕਿਰਤ ਦੇ ਵਿੱਚੋਂ ਫਿਰ ਵੰਡ ਕੇ ਛਕਣਾ ਹੈ। ਇਹੀ ਤਾਂ ਗੁਰੂ ਨਾਨਕ ਸਾਹਿਬ ਦਾ ਸੁਨਹਿਰੀ ਉਪਦੇਸ਼ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਜਦੋਂ ਸਤਿਗੁਰਾਂ ਦੇ ਕੋਲ ਆ ਕੇ ਪੁੱਛਦੇ ਆ ਨਾ ਕਿਵੇਂ ਜਪੀਏ? ਇੱਕ ਕਿਸਾਨ ਪੁੱਛਦਾ ਹੈ ਤੇ ਬਾਬਾ ਜੀ ਕਿਸਾਨ ਨੂੰ ਉਹਦੇ ਤਰੀਕੇ ਨਾਲ ਦੱਸਦੇ ਨੇ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇੱਕ insan ਨੂੰ ਦੱਸਿਆ ਆਪਣੇ ਮਨ ਨੂੰ ਹਾਲੀ ਬਣਾ ਤੇ ਆਪਣੀ ਕਰਨੀ ਨੂੰ ਨਾਮ ਜਪਣ ਦੀ ਜਿਹੜੀ ਕਰਨੀ ਆ ਇਹ ਤੇਰੀ ਖੇਤੀ ਐ ਕਿਰਸਾਣੀ ਐ ਸ਼ਰਮ ਰੂਪੀ ਉਦਮ ਰੂਪੀ ਪਾਣੀ ਲਾ ਅੰਮ੍ਰਿਤ ਵੇਲੇ ਜਾਗਣ ਰੂਪੀ ਪਾਣੀ ਲਾ ਤੇ ਤਨ ਆਪਣੇ ਨੂੰ ਖੇਤ ਬਣਾ ਲੈ ਤੇ ਵੇਖ ਨਾਮ ਦਾ ਬੀਜ ਬੀਜੀ ਉੱਤੇ ਸੰਤੋਖ ਦਾ ਸੁਹਾਗਾ ਮਾਰ ਦਈ ਬੜਾ ਭੋਲਾ ਸਵਾਲ ਹੈ ਸਾਡਾ ਸਾਰਿਆਂ ਦਾ ਬਹੁਤਿਆਂ ਦਾ ਇਹ ਪਾਣੀ ਪੜਦੇ ਆ ਮਨ ਨਹੀਂ ਟਿਕਦਾ ਇਹ ਸਵਾਲ ਹੈ ਨਾ ਜਿਹੜਾ ਸਾਧ ਸੰਗਤ ਜੀ ਇਹ ਬੜਾ ਭੋਲਾ ਜਿਹਾ ਸਵਾਲ ਹੈ ਪਾਈ ਸਾਹਿਬ ਜੀ ਬਾਣੀ ਪੜਦਿਆਂ ਮਨ ਨਹੀਂ ਟਿਕਦਾ ਤੇ ਚੇਤੇ ਕਰੋ ਛੋਟੇ ਛੋਟੇ ਬੱਚੇ ਨਹੀਂ ਕਰਦੇ ਹੁੰਦੇ ਉਹ ਕਈ ਵਾਰਾ ਨਾ ਉਹ ਕਹਿਣਾ ਵੀ ਬੂਟਾ ਬੀਜਣਾ ਹੈ ਤਾਂ ਸਾਧ ਸੰਗਤ ਜੀ ਮੰਨ ਲਓ ਵੀ ਕੋਈ ਬੀਜ ਬੀਜਿਆ ਕੋਈ ਅੰਬ ਦਾ ਬੀਜ ਦਿੱਤਾ ਗਿਟਕ ਸੀ ਅੰਬ ਦੀ ਉਹ ਬੀਜ ਦਿੱਤੀ ਟੋਆ ਪੁੱਟ ਕੇ ਮਾਂ ਬਾਪ ਨੇ ਦੱਸਿਆ ਵੀ ਇਹਦੇ ਵਿੱਚੋਂ ਬੂਟਾ ਉੱਗੇਗਾ ਉਹ ਨਿਆਣਾ ਸੋਚਦਾ ਰਿਹਾ ਜਦੋਂ ਸਵੇਰ ਹੋਈ ਤੇ ਵੇਂਦਾ ਵੀ ਬੂਟਾ ਤੇ ਉਗਿਆ ਹੀ ਨਹੀਂ ਉਹ ਕਹਿੰਦੇ ਨੇ ਅਜੇ ਨਹੀਂ ਉਗੇਗਾ ਇਹ ਥੋੜਾ ਸਮਾਂ ਲੱਗੇਗਾ ਤੇ ਉਹ ਹੌਲੀ ਜੀ ਚੋਰੀ ਜੀ ਪੁੱਟ ਕੇ ਵੇਖਦਾ ਵੀ ਉਗਿਆ ਕਿਉਂ ਨਹੀਂ ਉਹ ਪੁੱਟਦਾ ਹੈ ਘੜਕ ਨੂੰ ਵੇਂਦਾ ਹੈ ਫੇਰ ਦਬ ਦਿੰਦਾ ਉਹ ਅਗਲੇ ਦਿਨ ਫੇਰ ਪੁੱਟ ਕੇ ਵੇਂਦਾ ਹੁਣ ਉਹ ਉਗੇਗਾ ਭਲਾ ਹੁਣ ਤੇ ਉਗਣਾ ਹੀ ਨਹੀਂ ਉਹ ਨਹੀਂ ਉਗਣਾ ਮਹਾਰਾਜ ਜੀ ਕਹਿੰਦੇ ਨੇ ਨਾਮ ਦਾ ਬੀਜ ਪਾ ਕੇ ਪੁੱਟ-ਪੁੱਟ ਕੇ ਨਾ ਵੇਖੀ ਸੁਹਾਗਾ ਮਾਰ ਦੇਂ ਹੀ ਆਪਣੇ ਆਪ ਹੀ ਉਗ ਪਏਗਾ ਦਹੀਂ ਜਮਾਉਣ ਵਾਸਤੇ ਰੱਖਦੇ ਹੋ ਬੀਬੀਆਂ ਭੈਣਾਂ ਆਪ ਸਿਆਣੀਆਂ ਬੈਠੀਆਂ ਉਹ ਜਦੋਂ ਦੁੱਧ ਗਰਮ ਕੀਤਾ ਥੋੜਾ ਜਿਹਾ ਉਹਨੂੰ ਠੰਡਾ ਹੋਣ ਦਿੱਤਾ ਜਾਗ ਲਾ ਦਿੱਤੀ ਤੇ ਜੇ ਘੰਟੇ-ਘੰਟੇ ਬਾਅਦ ਜਾ ਕੇ ਉਹਨੂੰ ਵੇਖੀ ਜਾਈਏ ਤੇ ਇਹ ਜੰਮ ਜਾਏਗਾ ਦਹੀਂ ਫੇਰ ਤੇ ਨਹੀਂ ਜੰਮਦਾ ਉਹਨੂੰ ਪਿਆਰ ਰਹਿਣ ਦੇਣਾ ਸੰਤੋਖ ਦਾ ਸਬਰ ਦਾ ਉਹਦੇ ਉੱਤੇ ਫਿਰ ਪਹਿਰਾ ਹੈ ਮੇਰੇ ਹਜ਼ੂਰ ਨੇ ਆਖਿਆ ਭਾਈ ਇਹ ਪੈਰਾ ਡੱਟ ਕੇ ਦਵੀ ਹੁਣ ਸੰਤੋਖ ਦਾ ਸੁਹਾਗਾ ਮਾਰ ਦਵੀ ਤੇ ਅਸੀਂ ਕੀ ਕਹਿੰਨੇ ਆ ਬਾਬਾ ਜੀ ਬਾਣੀ ਪੜਦੇ ਆ ਮੰਨ ਨਹੀਂ ਲੱਗਦਾ ਉਹ ਗੁਰਮਖੋ ਮੰਨ ਦਾ ਲੱਗ ਜਾਣਾ ਤੇ ਜਿੱਤ ਐ ਮੰਨ ਦਾ ਲੱਗ ਜਾਣਾ ਤੇ ਮੰਜ਼ਿਲ ਐ ਮੰਨ ਦਾ ਜਿੱਤ ਜਾਣਾ ਤੇ ਪੁੱਗ ਜਾਣਾ ਐ ਤੇ ਆਪਾਂ ਦੇ ਅਜੇ ਤੁਰਈਆਂ ਅਸੀਂ ਤੇ ਜੰਗ ਲੜੀ ਨਹੀਂ ਤੇ ਜਿੱਤ ਕਿੱਦਾਂ ਜਾਈਏ ਮੰਨ ਲੱਗ ਜਾਣ ਦਾ ਮਤਲਬ ਐ ਬ੍ਰਹਮ ਗਿਆਨੀ ਬਣ ਗਏ ਮਨ ਬਾਣੀ ਦੇ ਵਿੱਚ ਜਿਨ੍ਹਾਂ ਦਾ ਲੱਗਦਾ ਨਾ ਉਹ ਤਾਂ ਬ੍ਰਹਮ ਗਿਆਨੀ ਹੁੰਦੇ ਨੇ ਜਿਨ੍ਹਾਂ ਦਾ ਮਨ ਲੱਗਦਾ ਹੈ ਬਾਣੀ ਵਿੱਚ ਆਪਣਾ ਮਨ ਬਾਣੀ ਵਿੱਚ ਏਦਾਂ ਨਹੀਂ ਲੱਗਣਾ ਆਪਣਾ ਮਨ ਲਾਉਣ ਵਾਸਤੇ ਆਪਾਂ ਨੂੰ ਲਗਾਤਾਰ ਆਪਣੇ ਮਨ ਦੇ ਨਾਲ ਜੁੱਧ ਕਰਨਾ ਪੈਣਾ ਹੈ ਜੁੱਧ ਉਹ ਜੁੱਧ ਕੀ ਹੈ ਇਹੀ ਹੈ ਵੀ ਮਨ ਨੇ ਭੱਜਣਾ ਹੈ ਇਹਨੂੰ ਮੋੜ ਕੇ ਲਿਆਉਣਾ ਪੈਣਾ ਇਹੀ ਹੈ ਮਨ ਨੇ ਭੈੜੇ ਤੇ ਬੁਰੇ ਖਿਆਲ ਅੰਦਰ ਲਿਆਉਣੇ ਨੇ ਕਈ ਸੱਜਣ ਕਹਿੰਦੇ ਨੇ ਨਾ ਅਸੀਂ ਬਾਣੀ ਪੜਨ ਲੱਗਦੇ ਆ ਤੇ ਸਾਡੇ ਮਨ ਵਿੱਚ ਬੜੇ ਮਾੜੇ ਖਿਆਲ ਆਉਂਦੇ ਨੇ ਇਹੀ ਤਾਂ ਯੁੱਧ ਹੈ ਇਹੀ ਤਾਂ ਜੰਗ ਹੈ ਫਿਰ ਤੁਸੀਂ ਕੀ ਕਰਦੇ ਹੋ ਕਹਿੰਦੇ ਜੀ ਫਿਰ ਗੁੜਕਾ ਸਾਹਿਬ ਰੱਖ ਦਿੰਨੇ ਆ ਇਹਦਾ ਮਤਲਬ ਵੀ ਮਨ ਜੰਗ ਜਿੱਤ ਗਿਆ ਮਨ ਦੇ ਕੋਲ ਉਹ ਹਥਿਆਰ ਹੈ ਐਟਮ ਬੰਬ ਹੈ ਉਹ ਫਿਰ ਉਹ ਲਿਆ ਕੇ ਚਲਾ ਦਿੰਦਾ ਅਸੀਂ ਹਥਿਆਰ ਸੁੱਟ ਦਿੰਨੇ ਆ ਉਹਦੇ ਗਾੜੀ ਜੰਗ ਹੋ ਰਹੀ ਆ ਨਾ ਤੇ ਮਨ ਦੀ ਵਿਵੇਕ ਬੁੱਧ ਨਾਲ ਜੰਗ ਹੈ ਤੇ ਮਨ ਦਾ ਹਥਿਆਰ ਕੀ ਹੈ ਮਾਰੇ ਖਿਆਲ ਉਹ ਮਾਰੇ ਖਿਆਲਾਂ ਦਾ ਹਥਿਆਰ ਲਿਆਉਂਦਾ ਅਸੀਂ ਗੁੜਕਾ ਸਾਹਿਬ ਰੱਖ ਦਿੰਨੇ ਆ ਮਨ ਕਹਿੰਦਾ ਵੀ ਆਹ ਕੰਮ ਠੀਕ ਹੈ ਇਹ ਜਦੋਂ ਵੀ ਗੁੜਕਾ ਸਾਹਿਬ ਫੜ ਕੇ ਬਵੇਗਾ ਨਾ ਇਹੋ ਹੀ ਹਥਿਆਰ ਚਲਾਇਆ ਕਰਨਾ ਹੈ ਤੇ ਅਸੀਂ ਜਾ ਕੇ ਕਿਨੇ ਗਿਆਨੀ ਜੀ ਮਾਰੇ ਖਿਆਲ ਆਉਂਦੇ ਨੇ ਭਲਿਓ ਮਾਨਸੋ ਜਿੰਨੂੰ ਪੁੱਛਦੇ ਜੀ ਉਨੂੰ ਪੁੱਛ ਕੇ ਵੇਖੋ ਉਹਦਾ ਤੁਹਾਡੇ ਨਾਲੋਂ ਵੀ ਕਿਤੇ ਬੁਰਾ ਹਾਲ ਨਾ ਹੁੰਦਾ ਹੋਵੇ। ਇਹੀ ਤੇ ਜੁੱਧ ਐ ਇਹੀ ਤੇ ਜੰਗ ਐ ਤੇ ਮੇਰੇ ਹਜ਼ੂਰ ਨੇ ਕਹਿ ਦਿੱਤਾ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਮਨ ਜੀਤੈ ਜਗ ਜੀਤ। ਉਹ ਗੁਰੂ ਕਿਹਾ ਸਿੱਖਾ ਦੁਨੀਆਂ ਜਿਤਨੀ ਬੜੀ ਆਸਾਨ ਐ ਦੁਨੀਆਂ ਜਿੱਤਣ ਵਾਲਾ ਸਿਕੰਦਰ ਆਇਆ ਮਨ ਕੋਲੋਂ ਹਾਰ ਗਿਆ। ਦੁਨੀਆਂ ਜਿੱਤਣ ਵਾਲਾ ਚੰਗੇਜ਼ ਖਾਂ ਆਇਆ ਮਨ ਕੋਲੋਂ ਹਾਰ ਗਿਆ। ਬڑے-ਬڑے ਤਗੜੇ ਆਏ ਦੁਨੀਆ ਜਿੱਤਣ ਵਾਲੇ ਜਿੱਤ ਵੀ ਗਏ ਮਨ ਕੋਲੋਂ ਹਾਰ ਗਏ ਨੇ ਪਿਆਰਿਆ ਜਿਹਨੇ ਮਨ ਜਿੱਤ ਲਿਆ ਉਹਨੇ ਜੱਗ ਜਿੱਤ ਲਿਆ ਇਸ ਲਈ ਮਨ ਜਿੱਤਣਾ ਹੀ ਗੁਰੂ ਨਾਨਕ ਦੀ ਸਿੱਖੀ ਕਮਾਉਣੀ ਹੈ ਸਾਰੀ ਖੇਡ ਮਨ ਦੀ ਹੈ ਗੁਰੂ ਨਾਨਕ ਦੀ ਸਿੱਖੀ ਹੈ ਮਨ ਜਿੱਤਣਾ ਤੇ ਐਸ ਗੁਰਪੁਰਬ ਤੇ ਨਾ ਮੈਂ ਕੁਝ ਬੇਨਤੀ ਆਪ ਜੀ ਨੂੰ ਕਰਾਂ ਇਹ ਗੁਰੂ ਦਾ ਉਪਦੇਸ਼ ਜਾਣ ਕੇ ਪੱਲੇ ਬੰਨਣਾ ਇਹ ਨਾ ਸਮਝਣਾ ਕਿ ਇਹ ਮੇਰੇ ਆਦਾਸ ਦੇ ਬਚਨ ਨੇ ਇਹ ਗੁਰੂ ਨਾਨਕ ਜੀ ਦੇ ਬਚਨ ਨੇ ਸਾਧ ਸੰਗਤ ਜੀ ਆਪਾਂ ਦੋ ਕਾਰਜ ਕਰੀਏ ਇੱਕ ਆਪਣੇ ਲਈ ਇੱਕ ਆਪਣੇ ਬੱਚਿਆਂ ਲਈ ਇੱਕ ਆਪਣੇ ਲਈ ਇੱਕ ਆਪਣੇ ਬੱਚਿਆਂ ਲਈ ਆਪਣੇ ਲਈ ਕੀ ਹੈ ਜਿਹੜੇ ਅਬ ਸਿਆਣੇ ਬੈਠੇ ਹੋ ਨਾ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਨਾ ਮਨ ਬਣਾਓ ਸਹਿਜ ਪਾਠ ਆਰੰਭ ਕਰੀਏ ਕਿਸੇ ਨੇ ਅੰਮ੍ਰਿਤ ਛਕਿਆ ਹੈ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ ਜੇ ਛਕਣਾ ਹੈ ਜਿਨ੍ਹਾਂ ਦਾ ਅਜੇ ਮਨ ਨਹੀਂ ਵੀ ਬਣਿਆ ਨਾ ਉਹ ਕੇਸ ਵੀ ਨਹੀਂ ਕਿਸੇ ਨੇ ਅਜੇ ਸਾਬਤ ਰੱਖੇ ਕੇਸ ਕਤਲ ਕਰਦਾ ਕੋ ਦਾੜਾ ਕੱਟਦਾ ਹੈ ਕੋਈ ਗੱਲ ਨਹੀਂ ਸਹਿਜ ਪਾਠ ਆਰੰਭ ਕਰੀਏ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆ ਰਿਹਾ ਹੈ ਇਹ ਤੋਂ ਸਨੈਰੀ ਮੌਕਾ ਹੋਰ ਕੀ ਹੋਵੇਗਾ ਤੇ ਘੱਟੋ ਘੱਟ ਦੀ ਮਰਜ਼ਾਦਾ ਬਣਾ ਲਓ ਵੀ ਮੈਂ ਰੋਜ਼ਾਨਾ ਦੇ ਪੰਜ ਅੰਗ ਕਰਨੇ ਨੇ ਰੋਜ਼ਾਨਾ ਦੇ ਘੱਟੋ ਘੱਟ ਪੰਜ ਅੰਗ ਕਰਨੇ ਨੇ ਤੇ ਪੰਜ ਅੰਗ ਕਰਦਿਆਂ ਸਮਾਂ ਕਿੰਨਾ ਲੱਗਦਾ ਹੈ 15 ਮਿੰਟ ਤੇ ਜੇ ਕੋਈ ਇਹ ਵੀ ਕਹਿ ਦੇ ਨਾ ਵੀ ਮੇਰੇ ਕੋਲ 15 ਮਿੰਟ ਵੀ ਨਹੀਂ ਹੈਗੇ ਤੇ ਸਾਧ ਸੰਗਤ ਜੀ ਫਿਰ ਇਹ ਤਾਂ ਝੂਠ ਹੀ ਆ ਨਾ ਇਹ ਤਾਂ ਫਿਰ ਉਹ ਬੰਦੇ ਦੀ ਬੇਈਮਾਨੀ ਹੈ ਨਾ ਕੋਈ ਇਦਾਂ ਦਾ ਮਨੁੱਖ ਨਹੀਂ ਹੋ ਸਕਦਾ ਉਹ ਕਹੇ ਜੀ ਮੇਰੇ ਕੋਲ ਦੇ 15 ਮਿੰਟ ਵੀ ਨਹੀਂ ਹੈਗੇ 15 ਮਿੰਟ ਆਪਣੇ ਲਈ ਸਾਰੇ ਕੱਢ ਸਕਦੇ ਹੋ ਜੇ ਸਰੀਰ ਦੀ ਕਸਰਤ ਕਰਨ ਲਈ ਸਮਾਂ ਕੱਢਦੇ ਆ ਨਾ ਤੇ ਮਨ ਦੀ ਕਸਰਤ ਦਾ ਵੀ ਸਮਾਂ ਕੱਢੋ ਮਨ ਨੂੰ ਵੀ ਮਨ ਨੂੰ ਵੀ ਸਿਹਤਮੰਦ ਬਣਾਉਣਾ ਹੈ ਨਾ ਉਹਨੂੰ ਤੰਦਰੁਸਤ ਬਣਾਉਣਾ ਹੈ ਸਾਧ ਸੰਗਤ ਜੀ ਕੇਵਲ ਪੰਜ ਅੰਗ ਰੋਜ਼ਾਨਾ ਦਾ ਪਾਠ ਕਰਨ ਲੱਗ ਪਾਓ ਤੇ ਮੇਰਾ ਇਹ ਦਾਵਾ ਹੈ ਕਿ 3-4 ਮਹੀਨਿਆਂ ਦੇ ਵਿੱਚ ਵਿੱਚ ਇੰਨਾ ਆਨੰਦ ਆਵੇਗਾ ਇੰਨਾ ਆਨੰਦ ਆਵੇਗਾ ਕਿ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੀਵਨ ਪਲਟ ਜਾਵੇਗਾ ਇਨੇ ਕੁ ਕੀਮਤੀ ਮਾਣਕ ਤੇ ਮੋਤੀ ਆਤਮਿਕ ਖੁਰਾਕ ਲੱਭੇਗੀ ਜਿਹੜਾ ਅੱਜ ਕਹਿੰਦਾ ਨਾ ਮੇਰਾ ਮੰਨ ਨਹੀਂ ਮੰਨਦਾ ਉਹ ਫਿਰ ਦੂਜਿਆਂ ਨੂੰ ਪ੍ਰੇਰਨਾ ਦੇਣ ਲੱਗ ਪਾਏਗਾ ਆਪਣਾ ਮਨ ਤਾਂ ਹੈ ਹੀ ਕੀ ਚੀਜ਼ ਉਹ ਦੂਜਿਆਂ ਨੂੰ ਪ੍ਰੇਰਨਾ ਦੇਣ ਲੱਗ ਪਾਏਗਾ ਇਹ ਆਪਣੇ ਲਈ ਆਪਣੇ ਬੱਚਿਆਂ ਲਈ ਸਾਧ ਸੰਗਤ ਜੀ ਜੇ ਤੇ ਗੁਰੂ ਨਾਨਕ ਦੇ ਸੇਖਾਂ ਤੇ ਗੁਰਪੁਰਬ ਦਾ ਮਤਲਬ ਇਹ ਬਿਲਕੁਲ ਨਾ ਜਾਣੋ ਕਿ ਅੰਮ੍ਰਿਤ ਵੇਲੇ ਜਾਗੇ ਆ ਜੀ ਇਸ਼ਨਾਨ ਪਾਨ ਕੀਤਾ ਹੈ ਜੀ ਗੁਰੂ ਘਰ ਆਏ ਆ ਜੀ ਬਾਣੀ ਸੁਣੀ ਹੈ ਕੋਪੇਟਾ ਅਰਪੀ ਹੈ ਦੇਗ ਕਰਾਈ ਹੈ ਤੇ ਗੁਰਪੁਰਬ ਮਨਾ ਲਿਆ ਜੀ ਇਹ ਵੀ ਚੀਜ਼ਾਂ ਜ਼ਰੂਰੀ ਨੇ ਇਹ ਚੀਜ਼ਾਂ ਜ਼ਰੂਰੀ ਨੇ ਸਾਰੀਆਂ ਪਰ ਜਿਹਨੂੰ ਜਪਜੀ ਸਾਹਿਬ ਨਹੀਂ ਨਾ ਕੰਠ ਉਹ ਸਾ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਕਿਵੇਂ ਪ੍ਰਵਾਨ ਹੋਵੇਗਾ ਭਲਾ ਪੁਰਾਤਨ ਮਰਜ਼ਾਦਾ ਇਹ ਰਹੀ ਹੈ ਕਿ ਜਿਹੜਾ ਬੱਚਾ 10 ਸਾਲਾਂ ਦਾ ਹੋ ਜਾਂਦਾ ਉਹਨੂੰ ਜਪਜੀ ਸਾਹਿਬ ਜ਼ਰੂਰ ਹੀ ਕੰਠ ਹੁੰਦਾ ਤੇ ਜਿਹੜਾ ਬੱਚਾ 10 ਸਾਲਾਂ ਦਾ ਹੋ ਗਿਆ ਉਹਨੂੰ ਜਪਜੀ ਸਾਹਿਬ ਕੰਠ ਨਹੀਂ ਇਹ ਕਸੂਰ ਉਹਦੀ ਮਾਤਾ ਦਾ ਉਹਦੇ ਪਿਤਾ ਦਾ ਉਹਦੇ ਪਰਿਵਾਰ ਦਾ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇ ਦਰ ਤੇ ਪਰਵਾਣ ਨਹੀਂ ਜੇ ਹੋਇਆ ਜਾਣਾ ਫਿਰ ਹੁਣ ਆਪਾਂ ਕਵਾਂਗੇ ਜੀ ਅਸੀਂ ਤੇ ਬੱਚਿਆਂ ਨੂੰ ਕਹਿੰਨੇ ਆ ਇਹ ਜੀ ਕਰਦੇ ਨਹੀਂ ਇਦਾਂ ਨਹੀਂ ਇਹ ਤਰੀਕਾ ਗਲਤ ਹੈ ਸਾਡਾ ਇਹ ਗਲਤ ਹੈ ਤਰੀਕਾ ਸੰਗਤ ਜੀ ਬੱਚਿਆਂ ਨੂੰ ਝਿੜਕਣਾ ਨਹੀਂ ਬੱਚਿਆਂ ਨੂੰ ਦਬਕਾ ਨਹੀਂ ਮਾਰਨਾ ਤੇ ਫਿਰ ਕਿਵੇਂ ਕਹੀਏ ਜੀ ਬੱਚੇ ਨੂੰ ਪ੍ਰੇਮ ਨਾਲ ਸਮਝਾਓ ਜਿਹੜਾ ਬੱਚਾ 5 ਕ ਸਾਲ ਦਾ ਹੈ ਨਾ ਮੈਂ ਬਿਲਕੁਲ ਉਹ ਗੱਲ ਕਰ ਰਿਹਾ ਜੀ ਕਿ ਆਮ ਅਸੀਂ ਜਿਹੜੇ ਸ਼ਹਿਰਾਂ ਦੇ ਰਹਿਣ ਵਾਲੇ ਲੋਕ ਆ ਨੌਕਰੀ ਪੇਸ਼ਾ ਲੋਕ ਆ ਤੇ ਧਿਆਨ ਘਟ ਦਿੱਤਾ ਜਾਂਦਾ ਉਹਨਾਂ ਲਈ ਨਹੀਂ ਤਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਛੋਟੇ ਛੋਟੇ ਬੱਚੇ ਨੇ 18-18 ਬਾਣੀਆਂ ਵੀ ਕੰਠ ਨੇ 15-15 ਬਾਣੀਆਂ ਦਾ ਨਿਤਨੇਮ ਹੈ ਉਹ ਤਾਂ ਗੁਰੂ ਦੀ ਕਿਰਪਾ ਬਹੁਤ ਕੱਟੋ ਕੱਟ ਮਿਨੀਮਮ ਜੇ ਚਾਹੁੰਦੇ ਹੋ ਆਪਣੇ ਬੱਚੇ ਨੂੰ ਜਪਜੀਤ ਸਾਹਿਬ ਕੰਠ ਕਰਵਾਉਣਾ ਤੇ ਸਾਧ ਸੰਗਤ ਜੀ ਜੇ ਆਪਾਂ ਇੱਕ ਪੌੜੀ ਇੱਕ ਪੌੜੀ ਜਪਜੀਤ ਸਾਹਿਬ ਜੀ ਦੀ ਬੱਚੇ ਨੂੰ ਕਹੀਏ ਵੀ ਲੈ ਮੇਰੇ ਨਾਲ ਨਾਲ ਪੜ ਤੇ ਇੱਕ ਦਿਹਾੜੀ ਦੇ ਵਿੱਚ ਇਸ ਪੌੜੀ ਦਾ 25 ਵਰੀ ਪਾਠ ਕਰਨਾ ਇੱਕੋ ਪੌੜੀ ਦਾ ਹੀ 25 ਵਰੀ ਤੇ ਉਹ ਜ਼ਰੂਰੀ ਨਹੀਂ ਇੱਕੇ ਵਾਰ ਹੀ ਕਰਨਾ ਹੈ 10 ਵਾਰੀ ਇੱਕ ਵਾਰਾਂ ਕਰ ਲੈ 15 ਵਾਰੀ ਇੱਕ ਵਾਰਾਂ ਕਰ ਲੈ ਤੋ 10 ਵਾਰੀ ਸਵੇਰੇ ਕਰ ਲੈ 15 ਵਾਰੀ ਸ਼ਾਮੀ ਕਰ ਲੈ ਇੱਕ ਦਿਹਾੜੀ ਵਿੱਚ ਇੱਕ ਪੌੜੀ ਦਾ ਪਾਠ 25 ਵਾਰਾਂ ਕਰਨਾ ਹੈ ਤੇ ਇੱਕ ਹਫਤਾ ਇੱਕੋ ਪੌੜੀ ਦਾ ਪਾਠ ਹੀ ਕਰੀ ਜਾਣਾ ਬਹੁਤ ਆਸਾਨੀ ਦੇ ਨਾਲ ਇੱਕ ਹਫਤੇ ਦੇ ਵਿੱਚ ਇੱਕ ਪੌੜੀ ਕੰਢ ਹੋ ਜਾਏਗੀ ਜੀ ਅਗਲੇ ਹਫਤੇ ਦੂਜੀ ਪੌੜੀ ਅਗਲੇ ਹਫਤੇ ਤੀਜੀ ਪੌੜੀ ਤੇ ਜਪਜੀ ਸਾਹਿਬ ਮੂਲ ਮੰਤਰ ਸਮੇਤ ਜੇ ਗਿਣ ਲਈਏ ਸਲੋਕ ਤੱਕ ਤੇ 38 ਪੌੜੀਆਂ ਨੇ ਮੂਲ ਮੰਤਰ ਹੈ ਸਲੋਕ ਹੈ 40 ਹੋ ਗਿਆ ਜੀ 1 ਸਾਲ ਚ 52 ਹਫ਼ਤੇ ਹੁੰਦੇ ਨੇ ਨਾ ਤੇ ਸਾਧ ਸੰਗਤ ਜੀ 1 ਸਾਲ ਤੋਂ ਵੀ ਪਹਿਲਾਂ ਹੀ ਜਪਜੀ ਸਾਹਿਬ ਕੰਠ ਹੋ ਜਾਏਗਾ ਜਿਹੜੀਆਂ ਆਪ ਮਾਤਾਵਾਂ ਅੱਜ ਜੁੜੀਆਂ ਹੋ ਅੱਜ ਇਹ ਦਾਤ ਲੈ ਕੇ ਜਾਓ ਗੁਰੂ ਦੇ ਦਰ ਤੋਂ ਧੰਨ ਗੁਰੂ ਨਾਨਕ ਦੇਵ ਜੀ ਦੇ ਐਸੇ ਗੁਰਪੁਰਬ ਤੋਂ ਹੀ ਸ਼ੁਰੂ ਕਰੋ ਅਗਲੇ ਸਾਲ ਆਪਣੇ ਬੱਚੇ ਨੂੰ ਨਾਲ ਲਿਆਓ ਤੇ ਆ ਕੇ ਅਰਦਾਸ ਕਰਕੇ ਕਹੋ ਹੇ ਸਤਿਗੁਰੂ ਪਿਤਾ ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਆਪ ਜੀ ਦੇ ਇਸ ਬੱਚੇ ਵੱਲੋਂ ਆਪ ਜੀ ਨੂੰ ਤੋਹਫਾ ਹੈ ਜਪਜੀ ਸਾਹਿਬ ਜੀ ਦੀ ਬਾਣੀ ਆਪ ਜੀ ਨੇ ਕਿਰਪਾ ਕਰਕੇ ਕੰਠ ਕਰਵਾ ਲਈ ਜਦੋਂ ਇਹ ਬੇਨਤੀ ਕਰਾਂਗੇ ਨਾ ਇਹ ਅੰਦਾਜ਼ਾ ਲਾਓ ਵੀ ਫਿਰ ਅੱਗੋਂ ਰਿਟਰਨ ਗਿਫਟ ਕਿੱਡਾ ਵੱਡਾ ਮਿਲੇਗਾ ਧੰਨ ਗੁਰੂ ਨਾਨਕ ਦੇਵ ਜੀ ਦੇ ਦਰ ਕਰ ਤੋਂ ਅੱਗੋਂ ਫੇ ਕੁਝ ਨਾ ਕੁਝ ਮਿਲੇਗਾ ਨਾ ਰਿਟਰਨ ਗਿਫਟ ਮਿਲੇਗਾ ਉਹ ਕਿੱਡੀ ਵੱਡੀ ਦਾਤ ਹੋਵੇਗੀ ਖਾਲਸਾ ਜੀ ਹੁਣ ਕਥਾ ਤਾਂ ਸੁਣਾਈ ਜਾਈਏ ਸਾਖੀਆਂ ਸੁਣਾਈ ਜਾਈਏ ਭਾਵੁਕ ਵੀ ਹੋ ਜਾਾਂਗੇ ਅਸੀਂ ਘੜੀ ਦੀ ਘੜੀ ਮਨ ਦੇ ਅੰਦਰ ਸਾਡੇ ਭਾਵੁਕਤਾ ਵੀ ਆ ਜਾਏਗੀ ਫਿਰ ਕਵਾਂਗੇ ਕਿ ਵਾਕਿਆ ਜੀ ਬੜਾ ਆਨੰਦ ਆਇਆ ਉਹ ਤਾਂ ਅਸੀਂ ਕਰ ਲੈਨੇ ਆ पर माफ करना ਸਾਡੇ ਜੀਵਨ ਦੇ ਵਿੱਚ ਉਹਦਾ ਇੰਪੈਕਟ ਕੀ ਹੋ ਰਿਹਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਉਹ ਲਾਗੂ ਹੋਵੇ ਨਾ ਜਿਆਦਾ ਨਹੀਂ ਤਾਂ ਘੱਟੋ ਘੱਟ ਜਪਜੀ ਸਾਹਿਬ ਜੀ ਦੀ ਬਾਣੀ ਜਿਨ੍ਹਾਂ ਦੇ ਬੱਚੇ 10 ਸਾਲਾਂ ਤੋਂ ਉੱਪਰ ਨੇ ਤੇ ਉਹਨਾਂ ਨੂੰ ਜਪਜੀ ਸਾਹਿਬ ਕੰਠ ਹੈ ਤੁਸੀਂ ਦਾ ਵਧਾਈ ਦੇ ਪਾਤਰ ਹੋ ਜਿਨ੍ਹਾਂ ਦੇ ਬੱਚਿਆਂ ਨੂੰ ਜਪਜੀ ਸਾਹਿਬ ਕੰਠ ਨਹੀਂ ਹੈ ਭਾਵੇਂ ਬੱਚਾ 20 ਸਾਲਾਂ ਦਾ ਹੀ ਹੋ ਗਿਆ ਹੋਵੇ ਨਾ ਉਨੁਪ੍ਰੇਮ ਨਾਲ ਜਾ ਕੇ ਇਹ ਸਮਝਾਓ ਇਹ ਵਿਧੀ ਦੱਸੋ ਕਿ ਜਪਜੀ ਸਾਹਿਬ ਕੰਠ ਕਰਨਾ ਜ਼ਰੂਰ ਇੱਕ ਹਫ਼ਤੇ 'ਚ ਇੱਕ ਪੌੜੀ ਤੇ ਲਗਾਤਾਰ ਇਹ ਰੋਜ਼ਾਨਾ 25 ਪਾਠ ਇੱਕ ਪੌੜੀ ਦੇ ਕਰਾਂਗੇ ਇੱਕ ਹਫ਼ਤੇ 'ਚ ਇੱਕ ਪੌੜੀ ਕੰਠ ਹੋ ਜਾਏਗੀ ਬੜੇ ਆਰਾਮ ਨਾਲ ਆਨੰਦ ਨਾਲ ਤੇ ਸਾਧ ਸੰਗਤ ਜੀ ਇੱਕ ਸਾਲ ਤੋਂ ਪਹਿਲਾ ਪਹਿਲਾ ਜਪਜੀ ਸਾਹਿਬ ਕੰਠ ਹੋ ਜਾਏਗਾ ਮੈਂ ਕਹਿੰਦਾ ਅੱਜ ਹੀ ਮਨ ਬਣਾਈਏ ਤੇ ਆਪਾਂ ਐਸ ਗੁਰਪੁਰਬ ਤੱਕ ਆਪਣਾ ਮਨ ਪੱਕਾ ਕਰੀਏ ਅਗਲੇ ਗੁਰਪੁਰਬ ਤੱਕ ਆਪਾਂ ਆਪ ਵੀ ਆਪਣਾ ਪਰਿਵਾਰ ਵੀ ਆਸੇ ਪਾਸੇ ਵੀ ਵੱਧ ਤੋਂ ਵੱਧ ਪ੍ਰੇਰਣਾ ਕਰੋ ਸਾਥ ਸੰਗਤ ਜੀ ਜਿੰਨੇ ਤੁਸੀਂ ਬੈਠੇ ਹੋ ਨਾ ਸਤ ਸੰਗੀ ਮੈਂ ਬੇਨਤੀ ਕਰਾਂ ਪੰਜ ਪੰਜ ਮਨ ਦੇ ਵਿੱਚ ਮੇਥ ਲਈਏ ਨਿਸ਼ਾਨੇ ਹੋਣ ਆ ਜਿੰਨੇ ਬੈਠੇ ਹੋ ਗਿਣ ਲਾਓ ਉਂਗਲਾਂ ਦੇ ਮੇਰੇ ਪਰਿਵਾਰ ਵਿੱਚ ਮੇਰੇ ਫਰੈਂਡ ਸਰਕਲ ਦੇ ਵਿੱਚ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਕੌਣ-ਕੌਣ ਹੋਵੇਗਾ ਜਿਹਨੂੰ ਜਪਜੀਤ ਸਾਹਿਬ ਕੰਠ ਨਹੀਂ ਹੈ ਗਿਣ ਲਓ ਉਹਨਾਂ ਨੂੰ ਪ੍ਰੇਰਣਾ ਕਰੀਏ ਆਪ ਤੁਸੀਂ ਇੱਕ ਡਾਇਰੀ ਲਾ ਲਓ ਤੇ ਰੋਜ਼ ਉਹਨਾਂ ਨੂੰ ਪੁੱਛਿਆ ਕਰੋ ਇੱਕ ਵਾਰਾ ਫੋਨ ਕਰਕੇ ਤੁਹਾਡੀ ਮਿੱਤਰਤਾ ਤਾਂ ਹੀ ਹੈ ਪਰਿਵਾਰ ਤਾਂ ਹੀ ਹੈ ਪੁੱਛਿਆ ਕਰੋ ਅੱਜ ਤੁਸੀਂ 25 ਪਾਠ ਕਰ ਲਿਆ ਨੇ ਇਸ ਪੌੜੀ ਦੇ ਚੇਤਾ ਕਰਵਾਇਆ ਕਰੋ ਤੇ ਜੇ ਤੁਹਾਡੀ ਇੰਨੀ ਮਿਹਨਤ ਦੇ ਨਾਲ ਅਗਲੇ ਨੂੰ ਬਾਣੀ ਕੰਠ ਹੋ ਗਈ ਨਾ ਤੇ ਭਾਈ ਗੁਰਦਾਸ ਜੀ ਨੇ ਪਤਾ ਕਿੰਨਾ ਵੱਡਾ ਫਲ ਦੱਸਿਆ ਕਿੰਨਾ ਵੱਡਾ ਫਲ ਦੱਸਿਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਕੰਚਨ ਸੋਨਾ ਕੋਈ ਮਨੁੱਖ ਬੜਾ ਵੱਡਾ ਦਾਨੀ ਹੋਵੇ ਸਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਵੇ ਕਹਿ ਲਗੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਇਨਾ ਪੁੰਨ ਹੈ ਜੇ ਕੋਈ ਸੇਖ ਨੂੰ ਸ਼ਬਦ ਸਿਖਾ ਦੇਵੇ ਇਨਾ ਵੱਡਾ ਪੁੰਨ ਹੈ ਸਤ ਮੰਦਰ ਸੋਨੇ ਦੇ ਬਣਾ ਕੇ দান ਕਰ ਦਿੱਤੇ ਜੇ ਤੁਹਾਡੀ ਮਿਹਨਤ ਦੇ ਨਾਲ ਤੁਹਾਡੀ ਥੋੜੀ ਜਿਹੀ ਕੀਤੀ ਹੋਈ ਆਪਣੀ ਸਾਥ ਸੰਗਤ ਜੀ ਮੋਟੀਵੇਸ਼ਨ ਦੇ ਨਾਲ ਕਿਸੇ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਹੋ ਜਾਏ ਤੇ ਅੰਦਾਜ਼ਾ ਲਾਓ ਵੀ ਧੰਨ ਗੁਰੂ ਨਾਨਕ ਦੇ ਦਰੋਂ ਕਰੋ ਕਿੱਡੀ ਵੱਡੀ ਵਡਿਆਈ ਤੇ ਕਿੱਡਾ ਵੱਡਾ ਮਾਣ ਸਾਨੂੰ ਪ੍ਰਾਪਤ ਹੋਵੇਗਾ ਇਹ ਆਪਾਂ ਯਤਨ ਕਰੀਏ ਜ਼ਰੂਰ ਇਹਦੇ ਚ ਸੰਗੀਏ ਨਾ ਤੁਸੀਂ ਵੇਖੇ ਨੇ ਪਖੰਡੀ ਬਾਬਿਆਂ ਦੇ ਚੇਲੇ ਕੋਈ ਕਿਸੇ ਬਾਬੇ ਨੂੰ ਮੰਨਦਾ ਹੋਵੇ ਕੋਈ ਕਿਸੇ ਨੂੰ ਉਹਦੇ ਲਾਗੇ ਬਹਿ ਕੇ ਵੇਖਿਓ ਉਹ ਨਹੀਂ ਸ਼ਰਮ ਮੰਨਦੇ ਉਹਨਾਂ ਨੂੰ ਨਹੀਂ ਸ਼ਰਮ ਆਉਂਦੀ ਪਖੰਡੀ ਬਾਬਾ ਜੇਲ੍ਹ ਚ ਬੈਠਾ ਹੁੰਦਾ ਹੈ ਤੇ ਉਹਦੇ ਚੇਲੇ ਲੋਕਾਂ ਦੇ ਘਰੋ ਘਰ ਹੀ ਜਾ ਕੇ ਕਹਿ ਰਹੇ ਹੁੰਦੇ ਨੇ ਸਾਡੇ ਬਾਬੇ ਦੇ ਚਰਨੀ ਲੱਗੋ ਤੇ ਮੁਕਤੀ ਮਿਲੇਗੀ ਉਹ ਪਹਿਲਾਂ ਬਾਬੇ ਨੂੰ ਕਹੇ ਜਮਾਨਤ ਤਾਂ ਕਰਵਾ ਆਪਣੀ ਸਾਨੂੰ ਮੁਕਤੀ ਮਗਰੋਂ ਦਵਾਈ ਇਹ ਬੇਨਤੀ ਮੈਂ ਤਾਂ ਕੀਤੀ ਐ ਜਿਨ੍ਹਾਂ ਦਾ ਬਾਬਾ ਧੋਖੇ ਬਾਜ਼ ਐ ਜਿਨ੍ਹਾਂ ਦਾ ਬਾਬਾ ਠੱਗ ਐ ਜਿਨ੍ਹਾਂ ਦਾ ਬਾਬਾ ਡਰਪੋਕ ਐ ਜਿਨ੍ਹਾਂ ਦਾ ਬਾਬਾ ਕਾਇਰ ਐ ਉਹ ਤੇ ਆਪਣੇ ਬਾਬੇ ਦਾ ਪ੍ਰਚਾਰ ਕਰਦੇ ਆ ਡਰਦੇ ਨਹੀਂ ਉਹਨਾਂ ਨੂੰ ਦੇ ਸੰਗ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਓਏ ਸਾਡਾ ਗੁਰੂ ਪੂਰਾ ਐ ਸਾਨੂੰ ਕਿਉ ਸੰਗ ਆਉਂਦੀ ਐ ਸਾਨੂੰ ਕਿਉ ਸ਼ਰਮ ਆਉਂਦੀ ਐ ਖਾਲਸਾ ਜੀ ਅਸੀਂ ਤਾਂ ਨਹੀਂ ਕਿਸੇ ਨੂੰ ਇਹ ਕਹਿ ਰਹੇ ਕਿ ਫਲਾਣੇ ਥਾਂ ਸਾਡੇ ਬਾਬੇ ਦੇ ਡੇਰੇ ਜਾ ਕੇ ਉੱਥੇ ਤੁਸੀਂ ਆਹ ਕਰੋ ਭਾਈ ਅਸੀਂ ਇਹ ਕਹਿ ਰਹੇ ਆ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੋ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਕਰੋ ਸਾਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਣੀ ਤੁਹਾਡੇ ਅੰਦਰੋਂ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ ਵੀ ਕੀ ਅਸਰ ਹੋਇਆ ਇਹ ਪਰਉਪਕਾਰ ਦਾ ਕੰਮ ਹੈ ਇਹ ਸੇਵਾ ਦਾ ਕੰਮ ਹੈ ਸਤਿਗੁਰੂ ਕਿਰਪਾ ਕਰਨ ਸਾਡੂ ਸਾਰਿਆਂ ਨੂੰ ਬਲ ਬਖਸ਼ਣ ਆਪਣੀ ਬਾਣੀ ਦੀ ਸੇਵਾ ਆਪ ਸਤਿਗੁਰੂ ਸਾਡੇ ਕੋਲੋਂ ਲੈਣ ਅਸੀਂ ਆਪ ਵੀ ਉਹ ਮੈਨੂੰ ਇਤਿਹਾਸ ਦੀ ਇੱਕ ਗੱਲ ਯਾਦ ਆਈ ਮੈਂ ਆ ਬੇਨਤੀ ਕਹਿ ਕੇ ਫਿਰ ਖਿਮਾ ਮੰਗ ਲਵਾਂ ਪਾਕਿਸਤਾਨ ਦਾ ਫੌਜ ਦਾ ਜਰਨੈਲ ਹੋਇਆ ਜ਼ਿਆਉਲ ਹਕ ਉਨੇ ਕਬਜ਼ਾ ਕਰ ਲਿਆ ਸੀ ਨਾ ਪਾਕਿਸਤਾਨ ਦੇ ਵਿੱਚ ਰਾਜ ਪ੍ਰਬੰਧ ਤੇ ਉਹ ਬੜੇ ਵੱਡੇ ਮੁਸਲਮਾਨਾਂ ਦੇ ਮੌਲਵੀ ਨੂੰ ਮਿਲਿਆ ਤੇ ਉਹਨੂੰ ਕਹਿੰਦਾ ਮੈਂ ਚਾਹੁੰਨਾ ਸਾਰੇ ਪਾਕਿਸਤਾਨ 'ਚ ਇਸਲਾਮ نافذ ਕਰ ਦਵਾਂ ਸਾਰੇ ਪਾਕਿਸਤਾਨ 'ਚ ਇਸਲਾਮ ਲਾਗੂ ਕਰ ਦਵਾਂ ਉਹਨੇ ਕਿਹਾ ਜੀ ਪਾਕਿਸਤਾਨ ਦਾ ਕਿੰਨਾ ਏਰੀਆ ਹੈ ਉਹਨੇ ਦੱਸਿਆ ਵੀ ਇੰਨੇ ਲੱਖ ਵਰਗ ਕਿਲੋਮੀਟਰ ਉਹਨੇ ਕਿਹਾ ਜਿਆਦ ਸਾਹਿਬ ਤੁਹਾਡਾ ਕੱਦ ਕਿੰਨਾ ਹੈ ਉਹਨੇ ਬੜੇ ਟੌਰ ਨਾਲ ਦੱਸਿਆ ਕਿ 6 ਫੁੱਟ 2 ਇੰਚ ਉਹ ਕਹਿੰਦਾ ਜੀ 6 ਫੁੱਟ 2 ਇੰਚ ਦੇ ਇਸਲਾਮ ਪਹਿਲਾਂ نافذ ਕਰ ਲਓ ਬਾਕੀ ਤੇ ਆਪੇ ਹੀ ਹੋ ਜਾਏਗਾ ਵੀ ਲੋਕਾਂ ਨੂੰ ਨਾ ਭਰਾਵਾ ਤੂੰ ਕਹਿ ਤੂੰ ਆਪਣੀ ਗੱਲ ਕਰ ਤੂੰ ਆਪਣੇ ਆਪ ਤੇ ਲਾਗੂ ਕਰ ਲੈ ਬਾਕੀ ਆਪੇ ਹੋ ਜਾਏਗਾ ਆਪਾਂ ਆਪਣੇ ਆਪ ਤੇ ਲਾਗੂ ਕਰੀਏ ਫਿਰ ਆਪਣੇ ਪਰਿਵਾਰ ਤੇ ਲਾਗੂ ਕਰੀਏ ਆਪਣੇ ਫਰੈਂਡ ਸਰਕਲ ਦੇ ਵਿੱਚ ਲਾਗੂ ਕਰੀਏ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਾਰੀ ਸੰਗਤ ਦਾ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਵਾਦ ਕੋਟਾਨ ਕੋੜ ਸ਼ੁਕਰ ਹੈ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਹੀਦਾ ਸਿੰਘਾਂ ਮਹਾਂਪੁਰਖਾਂ ਦੇ ਪਾਵਨ ਅਸਥਾਨਾਂ ਤੇ ਆਪਾਂ ਜੁੜ ਕੇ ਸਤ ਸੰਗ ਕੀਤਾ ਹੈ ਮੇਰੀ ਬੇਨਤੀ ਹੈ ਇਹ ਬਚਨ ਦਾਸ ਦਾ ਨਾ ਜਾਣਿਓ ਜੇ ਇਹ ਗੁਰੂ ਨਾਨਕ ਦਾ ਜਾਣ ਕੇ ਪੱਲੇ ਬਣ ਕੇ ਲੈ ਕੇ ਜਾਇਓ ਆਪ ਜੁੜਿਏ ਹੋਰਾਂ ਨੂੰ ਜੋੜੀਏ ਸਾਧ ਸੰਗਤ ਜੀ ਇਨਿਕ ਬਚਨਾਂ ਦੇ ਨਾਲ ਹੀ ਖਿਮਾਂ ਦੇ ਜਾਚਕਾ ਬੜੇ ਸਾਡੇ ਪਿਆਰੇ ਵੀਰ ਗਿਆਨੀ ਸੰਦੀਪ ਸਿੰਘ ਜੀ ਜੋ ਇਸ ਪਾਵਨ ਅਸਥਾਨ ਦੇ ਕਥਾਵਾਚਕ ਨੇ ਇਹ ਨਾ ਵੀਰਾਂ ਨੇ ਸਾਧ ਸੰਗਤ ਜੀ ਹੁਕਮ ਲਾਇਆ ਆਪ ਸੰਗਤਾਂ ਦੇ ਦਰਸ਼ਨ ਹੋਏ ਨੇ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਆਪ ਸੇਵਾ ਲੈਂਦੇ ਰਹਿਣ ਅਸੀਸਾਂ ਦਿਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ